ਯੂਨੀਅਨਿਸਟ ਪਾਰਟੀ ਨੇ ਹਕੂਮਤ ਬਣਾ ਲਈ ਸੀ, ਯੂਨੀਅਨ ਪਾਰਟੀ ਤੇ ਕਾਂਗਰਸ ਮਿਲ ਗਈ ਨਾਲ। ਅੱਛਾ, ਉਹਨਾਂ ਨੇ ਬਣਾਇਆ ਖਿਦਰ ਹਜ਼ਾਰ ਟਵਾਣੇ ਨੂੰ। ਠੀਕ ਹੈ, ਖਿਦਰ ਹਜ਼ਾਰ ਟਵਾਣਾ ਬਣਾਇਆ, ਫਿਰ ਉਹਦੇ ਅਗਰ ਤਹਿਰੀਕ ਚੱਲੀ ਤੇ ਮੁਸਲਮਾਨ ਔਰਤਾਂ ਦੀ ਸਿਆਪਾ ਕੀਤਾ, ਖਿਰਦੀ ਮਰ ਗਈ ਮਾਂ ਸਿਆਪਾ ਕੌਣ ਕਰੇ, ਖਿਰਦੀ ਮਰ ਗਈ ਮਾਂ ਸਿਆਪਾ ਕੌਣ ਕਰੇ। ਇਹ 1946 ਦੀ ਬਾਤ ਹੈ। ਵਾਲਦ ਸਾਹਿਬ ਖੜੇ ਸੀਗੇ ਤਲਵਾਰ ਲੈ ਕੇ, ਉਹਨਾਂ ਨੇ ਆਪਣੇ ਮਹੱਲੇ ਨੂੰ ਰੋਕਿਆ। ਜਿਹੜਾ ਗਿੱਲਾਂ ਦੇ ਗੁਆਰ ਦਾ ਨੰਬਰਦਾਰ ਸੀ ਲਾਭ ਸਿੰਘ, ਉਹ ਵਾਲਦ ਸਾਹਿਬ ਦਾ ਦੋਸਤ ਸੀ। ਉਹ ਕਹਿੰਦੇ ਮਾਸਟਰ ਜੀ ਤੁਸੀਂ ਆਣ ਕੇ ਇਕੱਲੇ ਗੱਲ ਸੁਣ ਲਓ। ਅੱਬਾ ਜੀ ਗਏ, ਉਹਨਾਂ ਨੇ ਸਾਰੀ ਹਕੀਕਤ ਦੱਸ ਦਿੱਤੀ ਵੀ ਸਾਡਾ ਕੋਈ ਐਸੀ ਗੱਲ ਨਹੀਂ। ਅੱਬਾ ਜੀ ਨੇ ਆਪਦੇ ਸਾਥੀਆਂ ਨੂੰ ਸਮਝਾ ਕੇ ਅਤੇ ਵਾਪਸ ਭੇਜਤਾ। ਅਤੇ ਫਿਰ ਵਜਾਇਆ ਸੀ ਫਤਿਹਗੜ੍ਹ ਪੰਜਤੂਰ 'ਚ ਸ਼ਹਿਰ 'ਚ ਜਾਣ ਦੇ ਬਲਕੇ, ਅਤੇ ਬਾਹਰ ਖੂਹ ਸੀ ਫਸਲਾਂ ਦੇ ਵਿੱਚ, ਉੱਥੇ ਅਸੀਂ ਰਾਤ ਕੱਟੀ ਹੈ। ਅੱਛਾ ਜੀ। ਲੇਕਿਨ ਖਾਧਾ ਪੀਤਾ ਕੁਛ ਨਹੀਂ। ਠੀਕ ਹੈ। ਅਤੇ ਸਵੇਰ ਨੂੰ ਅਸੀਂ 23 ਤਾਰੀਖ ਨੂੰ ਉੱਠੇ ਹਾਂ ਅਤੇ ਇੱਕ ਲੰਬਾ ਸਫ਼ਰ ਕਰਕੇ ਜੋਗੇ ਵਾਲੇ ਪਹੁੰਚੇ ਹਾਂ, ਅਤੇ ਉੱਥੇ ਇੱਕ ਗੱਡੀ ਮੁਸਲਮਾਨਾਂ ਦੀ ਕੱਟੀ ਹੋਈ ਸੀ। ਕੱਟੀ ਹੋਈ ਆਈ, ਗੱਡੀ ਖੜੀ ਸੀ ਲੇਕਿਨ ਲਾਸ਼ਾਂ 'ਤੇ ਖੂਨ ਵਹਿ ਰਿਹਾ ਸੀ ਗੱਡੀ 'ਚੋਂ। ਅਸੀਂ ਇਸ ਵੇਲੇ ਬੈਠੇ ਹਾਂ ਜੀ ਮੁਹੱਲਾ ਅਲ ਫਤਿਹ ਟਾਊਨ ਚੀਚਾ ਵਤਨੀ ਸ਼ਹਿਰ ਜ਼ਿਲ੍ਹਾ ਸਾਹੀਵਾਲ। ਜ਼ਿਲ੍ਹਾ ਸਾਹੀਵਾਲ ਨੂੰ ਪਹਿਲੇ ਮਾਊਂਟ ਕੁਮਰੀ ਕਹਿੰਦੇ ਸੀ ਕਿਸੇ ਜ਼ਮਾਨੇ 'ਚ, ਫਿਰ ਇਹ ਬਦਲ ਕੇ ਸਾਹੀਵਾਲ ਰੱਖ ਦਿੱਤਾ ਗਿਆ। ਅਲ ਫਤਿਹ ਟਾਊਨ ਚੀਚਾ ਵਤਨੀ 'ਚ ਇੱਕ ਹੋਰ ਬਜ਼ੁਰਗ ਸਾਡੇ ਨਾਲ ਨੇ। 1947 ਦੀ ਹਿਜਰਤ ਦਾ ਇੱਕ ਹੋਰ ਬਾਬ, ਇੱਕ ਹੋਰ ਕਿਤਾਬ, ਇੱਕ ਹੋਰ ਗਵਾਹ, ਜਿੰਨੀਆਂ ਗੱਲਾਂ ਅਸੀਂ ਸੁਣਨੀਆਂ ਨੇ। ਔਰ ਮੈਂ ਉਮੀਦ ਕਰਦਾ ਕਿਉਂਕਿ ਅੱਜ ਦੇ ਸਾਡੇ ਜਿਹੜੇ ਇਹ ਬਜ਼ੁਰਗ ਮਹਿਮਾਨ ਨੇ, ਸਾਡੇ ਪ੍ਰਾਹੁਣੇ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਅੱਜ ਦੀ ਇਸ ਮਹਿਫਲ ਦੇ ਵਿੱਚ, ਇਹ ਵੀ ਪੜ੍ਹੀ ਲਿਖੀ ਸ਼ਖਸੀਅਤ ਹੈ ਔਰ ਟੀਚਰ ਰਿਟਾਇਰਡ ਹੋਏ ਨੇ, ਉਸਤਾਦ ਰਿਟਾਇਰਡ ਹੋਏ ਨੇ। ਉਸ ਵਜ੍ਹਾ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੀ ਜਿਹੜੀ ਸਾਡੀ ਇਹ ਸਟੋਰੀ ਹੈ ਤੁਹਾਡੇ ਜਾਣਕਾਰੀ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਕਰੇਗੀ। ਔਰ ਪੜ੍ਹਿਆ ਲਿਖਿਆ ਬੰਦਾ ਜਿਹੜਾ ਹਾਲਾਤ ਨੂੰ ਆਪਣੀ ਨਜ਼ਰ ਨਾਲ ਵੇਖਦਾ ਹੈ, ਆਪਣੇ ਤਰੀਕੇ ਨਾਲ ਬਿਆਨ ਕਰਦਾ ਹੈ, ਅਤੇ ਆਓ ਇਹਨਾਂ ਦੀ ਗੱਲਬਾਤ ਸੁਣਨੇ ਹਾਂ ਅਤੇ ਜਾਣਨੇ ਹਾਂ ਉਸ ਵੇਲੇ ਦੇ ਹਾਲਾਤ ਇਹਨਾਂ ਦੀ ਜ਼ੁਬਾਨੀ। ਬਾਬਾ ਜੀ ਆਪਣਾ ਨਾਂ ਕੀ ਹੈ? ਬਸ਼ੀਰ ਅਹਿਮਦ। ਬਾਬਾ ਜੀ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਗੁਲਜ਼ਾਰ ਅਹਿਮਦ। ਗੁਲਜ਼ਾਰ ਅਹਿਮਦ, ਹਾਂਜੀ। ਅਤੇ ਦਾਦਾ ਜੀ ਦਾ ਕੀ ਨਾਂ ਸੀ? ਫਕੀਰ ਮੁਹੰਮਦ। ਫਕੀਰ ਮੁਹੰਮਦ। ਅਤੇ ਬਾਬਾ ਜੀ ਪਿਛਲਾ ਪਿੰਡ ਕਿਹੜਾ ਸੀ? ਸ਼ਹਿਰ ਧਰਮਕੋਟ, ਤਹਿਸੀਲ ਜ਼ਿਰਾ, ਜ਼ਿਲ੍ਹਾ ਫਿਰੋਜ਼ਪੁਰ। ਤੁਹਾਡੇ ਵਾਲਦ ਸਾਹਿਬ ਕੀ ਕੰਮ ਕਰਦੇ ਸੀ? ਮੇਰੇ ਵਾਲਦ ਸਾਹਿਬ ਸਨ 1928 ਤੋਂ ਹੈੱਡਮਾਸਟਰ ਸੀ ਮਿਡਲ ਸਕੂਲ ਦੇ। ਮਿਡਲ ਸਕੂਲ ਦੇ ਹੈੱਡਮਾਸਟਰ ਸੀ? ਹਾਂਜੀ, 1928 ਤੋਂ। ਵਾਹ ਜੀ ਵਾਹ। ਧਰਮਕੋਟ ਦੇ ਵਿੱਚ ਹੀ? ਨਹੀਂ ਜੀ, ਉਹ ਜੰਡਵਾਲਾ ਬੀਮੇ ਸ਼ਾਹ ਅਤੇ ਸਰਾਵਾਂ ਅਤੇ ਲਾਧੂ ਕਾ, ਅਤੇ ਫਿਰ ਧਰਮਕੋਟ ਦੇ ਨਾਲ ਇੱਕ ਪਿੰਡ ਸੀ ਕੈਲਾ। ਅੱਛਾ ਜੀ। ਜਦੋਂ ਅਸੀਂ ਹਿਜਰਤ ਕੀਤੀ ਹੈ ਉਸ ਵਕਤ ਉੱਥੇ ਸੀ। ਅੱਛਾ ਜੀ, ਵਾਹ ਜੀ ਵਾਹ। ਤੁਸੀਂ ਕਿੰਨੇ ਭੈਣ ਭਾਈ ਸੀ? ਅਸੀਂ 5 ਭਾਈ ਹਾਂ ਜੀ, ਭੈਣ ਕੋਈ ਨਹੀਂ। ਭੈਣ ਕੋਈ ਨਹੀਂ ਸੀ। ਬਾਬਾ ਜੀ ਇਹ ਦੱਸੋ, ਜਿਸ ਜਗ੍ਹਾ 'ਤੇ ਤੁਸੀਂ ਰਹਿੰਦੇ ਸੀ ਧਰਮਕੋਟ ਵਿੱਚ, ਉੱਥੇ ਮੁਸਲਮਾਨਾਂ ਦੀ ਆਬਾਦੀ ਕਿੰਨੀ ਕੁ ਸੀ? ਜਿਹੜਾ ਸਾਡਾ ਸ਼ਹਿਰ ਸੀ ਨਾ ਜੀ ਧਰਮਕੋਟ, ਉਹ ਬਹੁਤ ਪੁਰਾਣਾ ਕਸਬਾ ਸੀ ਦਰਿਆ ਸਤਲੁਜ ਦੇ ਉੱਤੇ। ਠੀਕ ਹੈ। ਇਬਨ ਬਤੂਤਾ ਨੇ ਵੀ ਆਪਣੇ ਸਫ਼ਰ ਦੇ ਵਿੱਚ ਉਹਦਾ ਜ਼ਿਕਰ ਕੀਤਾ ਹੈ। ਅੱਛਾ ਜੀ। ਅਤੇ ਮੁਸਲਮਾਨਾਂ ਦੀ ਅਤੇ ਹਿੰਦੂਆਂ ਦੀ ਤਾਦਾਦ ਤਕਰੀਬਨ ਬਰਾਬਰ ਸੀ। ਅੱਛਾ ਜੀ। ਸਿੱਖ ਘੱਟ ਸੀ। ਅੱਛਾ ਜੀ, ਠੀਕ ਹੈ। 1947 ਵਿੱਚ ਜਿਸ ਵੇਲੇ ਵੰਡ ਹੁੰਦੀ ਹੈ, ਹਿਜਰਤ ਦਾ ਸਫ਼ਰ ਤੁਹਾਨੂੰ ਕਰਨਾ ਪਿਆ, ਉਸ ਵੇਲੇ ਸੁਣਿਆ ਕਿ ਤੁਸੀਂ ਪੜ੍ਹਦੇ ਸੀ? ਹਾਂਜੀ, ਮੈਂ ਉਸ ਵਕਤ ਅਰਜਨ ਦਾਸ ਹਾਈ ਸਕੂਲ ਧਰਮਕੋਟ ਦੇ ਵਿੱਚ 6ਵੀਂ ਜਮਾਤ ਦਾ ਤਾਲਬ ਇਲਮ ਸੀ। ਅੱਛਾ ਜੀ, ਮਾਸ਼ਾਅੱਲਾ ਜੀ, ਬੜੀ ਵੱਡੀ ਗੱਲ ਹੈ। ਅਰਜਨ ਦਾਸ ਹਾਈ ਸਕੂਲ ਜਿਹਨੂੰ ਏਡੀ ਸਕੂਲ ਵੀ ਕਹਿੰਦੇ ਸੀ? ਹਾਂਜੀ। ਅੱਛਾ, 6ਵੀਂ ਜਮਾਤ ਵਿੱਚ ਜਿਸ ਵੇਲੇ ਤੁਸੀਂ ਪੜ੍ਹਦੇ ਸੀ, ਤੁਹਾਨੂੰ ਹਮ ਜਮਾਤੀ ਆਪਣੇ ਕੋਈ ਯਾਦ ਨੇ? ਮੁਸਲਮਾਨ ਹੈ ਸੀ ਗੁਲਾਮ ਅਬਾਸ ਔਰ ਜ਼ੁਬੈਰ। ਹਾਂਜੀ। ਸਿੱਖਾਂ ਅਤੇ ਹਿੰਦੂਆਂ ਦੇ ਨਾਮ ਇਹਨੂੰ ਭੁੱਲ ਗਿਆ ਜੀ। ਮੁਸਲਮਾਨ ਉਸ ਜਮਾਤ ਵਿੱਚ ਕਿੰਨੇ ਕੁ ਸੀ ਜਿਸ ਜਮਾਤ 'ਚ ਤੁਸੀਂ ਪੜ੍ਹਦੇ ਸੀ 6ਵੀਂ ਜਮਾਤ ਵਿੱਚ? 10 ਜਾਂ 12। 10-12 ਸੀ। ਔਰ ਸਾਰੀ ਤਾਦਾਦ ਕਿੰਨੀ ਸੀ? 35-40 ਦਾ ਸੈਕਸ਼ਨ ਸੀ। ਧਰਮਕੋਟ ਦੇ ਆਲ ਦੁਆਲੇ ਜਿਹੜਾ ਇਲਾਕਾ ਸੀ, ਪਿੰਡ ਜਿਹੜੇ ਸੀ,
ਉਹ ਕੋਈ ਯਾਦ ਨੇ ਕਿਹੜੇ ਕਿਹੜੇ ਸੀ? ਹਾਂਜੀ, ਧਰਮਕੋਟ ਦਾ ਜਿਹੜਾ ਸੀ ਨਾ ਜੀ ਸ਼ਮਾਲ ਵਾਲਾ ਇਲਾਕਾ, ਹਾਂਜੀ ਹਾਂਜੀ, ਉਹ ਬਾਈਆ ਬਾਈ ਦਾ ਸੀ। ਅੱਛਾ ਜੀ। ਅਤੇ ਦਰਿਆ ਸਤਲੁਜ ਦੇ ਨਾਲ ਨਾਲ 22 ਪਿੰਡ ਮੁਸਲਮਾਨਾਂ ਦੇ ਸੀ, ਜਿਨ੍ਹਾਂ 'ਚ ਗੁੱਜਰ ਅਤੇ ਅਰਾਈ ਅਤੇ ਰਾਜਪੂਤ ਬਰਾਦਰੀਆਂ ਅਤੇ ਬਾਕੀ ਸਭ ਬੈਠੇ ਸੀ। ਠੀਕ ਹੈ। ਇਹ ਇੱਥੇ ਕਸਰਤ ਨਾਲ ਮੁਸਲਮਾਨ ਸੀ ਜਾਂ ਦੂਸਰੀ ਧਰਮ ਦੇ ਦੂਸਰੇ ਮਜ਼ਹਬ ਦੇ ਲੋਕ ਵੀ ਹੈ ਸੀ? ਨਹੀਂ, ਇਹ ਇਲਾਕਾ ਮੁਸਲਮਾਨਾਂ ਦਾ ਸੀ, ਬਾਈਆ ਜਿਹੜਾ ਵੱਜਦਾ ਸੀ। ਅੱਛਾ ਜੀ। ਇਹ ਪਿੰਡ ਮੁਸਲਮਾਨਾਂ ਦੇ ਸੀ ਸਾਰੇ ਖਾਲਸ। ਅੱਛਾ ਜੀ। ਉਹਨੂੰ ਬਾਈਆ ਸੱਦੇ ਸੀ? ਉਹਨੂੰ ਬਾਈਆ ਸੱਦੇ ਸੀ, 22 ਪਿੰਡ ਸੀ ਨਾ ਜੀ ਉਹ। ਅੱਛਾ, 22 ਪਿੰਡਾਂ ਦੀ ਨਿਸਬਤ ਨਾਲ ਉਹਨੂੰ ਬਾਈਆ ਸੱਦੇ? ਬਾਈਆ ਸੱਦੇ ਸੀ। ਠੀਕ ਹੈ। ਤੁਹਾਡੇ ਖਾਨਦਾਨ ਵਿੱਚ ਜਿਹੜਾ ਪਤਾ ਲੱਗਦਾ ਕਿ ਤਾਲੀਮ ਪਹਿਲੇ ਤੋਂ ਹੀ ਜ਼ਿਆਦਾ ਸੀ। ਅਲਹਮਦੁਲਿਲਾ। ਹੈਡ ਮਾਸਟਰ ਸੀ ਤੁਹਾਡੇ ਵਾਲਦ ਸਾਹਿਬ? ਹਾਂਜੀ। ਕਿਵੇਂ ਦੱਸਦੇ ਸੀ, ਕਿਵੇਂ ਇਸ ਪਾਸੇ ਚਲੇ ਗਏ ਵੀ ਇੰਨਾ ਪੜ੍ਹੇ ਲਿਖੇ ਲੋਕ ਪੈਦਾ ਹੋਣ ਲੱਗ ਪਏ? ਅੱਜ ਵੀ ਤੁਹਾਡੀ ਫੈਮਿਲੀ ਬੜੇ ਪੜ੍ਹੇ ਲਿਖੇ ਲੋਕਾਂ ਦੀ ਫੈਮਿਲੀ ਹੈ। ਉਸ ਵਕਤ ਜੀ ਜਿਹੜਾ ਸਾਡਾ ਕਸਬਾ ਸੀ ਨਾ ਧਰਮਕੋਟ, ਮੁਸਲਮਾਨਾਂ ਦੇ ਸਿਰਫ ਦੋ ਹੀ ਸ਼ਖਸ ਪੜ੍ਹੇ ਹੋਏ ਸੀ। ਠੀਕ ਹੈ ਜੀ। ਇੱਕ ਮੇਰੇ ਵਾਲਦ ਸਾਹਿਬ, ਹਾਂਜੀ, ਇੱਕ ਕੰਬੂ ਬਰਾਦਰੀ ਦੇ ਖੁਸ਼ੀ ਮੰਦ ਵਕੀਲ ਸੀ, ਉਹ ਮੋਗੇ ਵਕਾਲਤ ਕਰਦੇ ਸੀ। ਅੱਛਾ ਜੀ। ਬਾਕੀ ਮੁਸਲਮਾਨਾਂ ਦੇ ਵਿੱਚੋਂ ਕੋਈ ਮਿਡਲ ਜਾਂ ਮੈਟ੍ਰਿਕ ਨਹੀਂ ਸੀ। ਅੱਛਾ ਜੀ। ਠੀਕ ਹੈ। ਕਿਸ ਤਰ੍ਹਾਂ ਦਾ ਮਾਹੌਲ ਸੀ ਧਰਮਕੋਟ ਦਾ? ਸਾਰੇ ਮਜ਼ਹਬਾਂ ਦੇ ਲੋਕ ਉੱਥੇ ਰਹਿੰਦੇ ਸੀ? ਮੇਰੇ ਵਾਲਦ ਸਾਹਿਬ ਜੀ ਜ਼ਿੰਦਗੀ ਦਾ ਜ਼ਿਆਦਾ ਹਿੱਸਾ ਸ਼ਹਿਰ ਤੋਂ ਬਾਹਰ ਗੁਜ਼ਾਰਿਆ ਹੈ। ਠੀਕ ਹੈ। ਜੰਡਵਾਲਾ ਬੀਮੇ ਸ਼ਾਹ, ਸਰਾਵਾਂ, ਲਾਧੂ ਕਾ, ਠੀਕ ਹੈ, ਇਹ ਖਾਲਸ ਮੁਸਲਮਾਨਾਂ ਦੇ ਪਿੰਡ ਸੀ। ਠੀਕ ਹੈ ਜੀ। ਸਨ 1940 ਦੇ ਵਿੱਚ ਉਹ ਤਬਾਦਲਾ ਕਰਾ ਕੇ ਅਤੇ ਘਰ ਆਏ ਹੈ। ਅੱਛਾ ਜੀ। ਉੱਥੇ ਫਿਰ ਉਹਨਾਂ ਨੇ ਜਗ੍ਹਾ ਖਰੀਦੀ ਹੈ। ਹਾਂਜੀ। ਆਪਣਾ ਮਕਾਨ ਬਣਾਇਆ ਹੈ। ਠੀਕ ਹੈ। ਵਿਰਾਸਤੀ ਮਕਾਨ ਮੁਹੱਲੇ ਦੇ ਅੰਦਰ ਸੀ। ਠੀਕ ਹੈ। ਉਸ ਕਸਬੇ ਦੇ ਵਿੱਚ ਸਾਡੇ ਮੁਹੱਲੇ ਦਾ ਨਾਂ ਸੀ ਮਲਾਹਾਂ ਦਾ ਮਹੱਲਾ। ਅੱਛਾ ਜੀ। ਕਿਉਂਕਿ ਦਰਿਆ ਸਤਲੁਜ ਉਸ ਤੋਂ ਕੋਈ 2-2.5 ਕਿਲੇ ਤੋਂ ਫਾਸਲੇ ਤੋਂ ਕਿਸੇ ਦੇ ਮਨ ਚੱਲਦਾ ਸੀ। ਅੱਛਾ ਜੀ। ਅਤੇ ਇਹ ਕਾਫੀ ਵੱਡਾ ਮਹੱਲਾ ਸੀ। ਹਾਂ ਹਾਂ। ਕਾਫੀ ਆਬਾਦੀ ਸੀ। ਠੀਕ ਹੈ। ਮੁਸਲਮਾਨ ਬਰਾਦਰੀਆਂ ਸਾਰੀਆਂ ਬੈਠੀਆਂ ਸੀ। ਅਤੇ ਬਿਲਕੁਲ ਸਾਡੇ ਮਗਰਬ ਦੇ ਵਿੱਚ ਜਿਹੜਾ ਮਹੱਲਾ ਸੀ ਗਿੱਲਾਂ ਦਾ ਗੁਆੜ ਲੈਂਦੇ ਪਾਸੇ, ਲਹਿੰਦੇ ਵਾਲੇ ਪਾਸੇ ਜੀ, ਮਗਰਬ ਵਾਲੀ ਸਾਈਡ 'ਤੇ ਲਹਿੰਦੇ ਵਾਲੇ ਪਾਸੇ, ਠੀਕ ਹੈ, ਉਹ ਗਿੱਲਾਂ ਦਾ ਗੁਆੜ ਸੀ। ਉਹਦੇ 'ਚ 2 ਹਿੱਸੇ ਸਿੱਖਾਂ ਦੇ ਸੀ, 1 ਮੁਸਲਮਾਨਾਂ ਦਾ ਸੀ। ਅੱਛਾ ਜੀ। ਉਸ ਤੋਂ ਅੱਗੇ ਜਾ ਕੇ ਕੰਬੂਆਂ ਦਾ ਮਹੱਲਾ ਆ ਜਾਂਦਾ ਸੀ, ਉਹ ਬਹੁਤ ਬੜਾ ਮਹੱਲਾ ਸੀ ਅਤੇ ਉਹ ਸਾਰਾ ਮੁਸਲਮਾਨਾਂ ਦਾ ਸੀ। ਅੱਛਾ ਜੀ। ਅਤੇ ਜਿਹੜਾ ਸੀ ਨਾ ਅੰਦਰੂਨੇ ਸ਼ਹਿਰ, ਯਾਨੀ ਸ਼ਹਿਰ ਦਾ ਵਿਚਾਲਾ ਹਿੱਸਾ, ਠੀਕ ਹੈ, ਜਿਹੜਾ ਪੁਰਾਣਾ ਫਸੀਲ ਦੇ ਅੰਦਰ ਸੀ ਜਾਂ ਕਿਲ੍ਹੇ ਸੀ, ਉਹ ਹਿੰਦੂਆਂ ਕੋਲ ਸੀ। ਅੱਛਾ ਜੀ। ਉਹ ਹਿੰਦੂ ਆਬਾਦੀ ਸੀ। ਬਾਜ਼ਾਰ ਦੇ ਵਿੱਚ 3 ਜਾਂ 4 ਦੁਕਾਨਾਂ ਮੁਸਲਮਾਨਾਂ ਦੀ ਮਲਕੀਅਤ ਸੀ, ਬਾਕੀ ਸਭ ਹਿੰਦੂ ਦੀ ਸੀ। ਠੀਕ ਹੈ। 4 ਬਾਜ਼ਾਰ ਸੀਗੇ ਅਤੇ 4 ਦਰਵਾਜ਼ੇ ਸੀ, ਅਤੇ ਜਿਹੜਾ ਸੀਗਾ ਸ਼ਮਾਲ ਵਾਲਾ ਦਰਵਾਜ਼ਾ ਉਹ ਪੰਡੂਰੀ ਦਾ ਦਰਵਾਜ਼ਾ ਵੱਜਦਾ ਸੀ। ਠੀਕ ਹੈ। ਜਿਹੜਾ ਸੀਗਾ ਜਨੂਬ ਵਾਲਾ ਦਰਵਾਜ਼ਾ ਉਹ ਮੋਗੇ ਨੂੰ ਸੜਕ ਜਾਂਦੀ ਸੀ। ਮੋਗੇ ਵਾਲਾ ਦਰਵਾਜ਼ਾ ਵੱਜਦਾ ਹੋਣਾ? ਮਾਂ ਮੋਗੇ ਵਾਲਾ। ਅਤੇ ਜਿਹੜਾ ਸੀਗਾ ਮਗਰਬ ਵਾਲਾ ਉਹ ਨੂਰਪੁਰ ਦਾ ਦਰਵਾਜ਼ਾ ਵੱਜਦਾ ਸੀ, ਕਿਉਂਕਿ ਉਸ ਪਾਸੇ ਮੁਸਲਮਾਨਾਂ ਦਾ ਪਿੰਡ ਨੂਰਪੁਰ ਸੀ। ਅੱਛਾ ਜੀ। ਅਤੇ ਜਿਹੜਾ ਸੀਗਾ ਮਸ਼ਰਕ ਵਾਲਾ ਦਰਵਾਜ਼ਾ ਉਹ ਇੰਦਗੜ ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ। ਹਾਂ। ਮੁਸਲਮਾਨ ਆਬਾਦੀ ਵੀ ਸੀਗੀ, ਸਿੱਖ ਵੀ ਸੀਗੇ, ਅਤੇ ਉਹ ਇੰਦਗੜ ਦਾ ਦਰਵਾਜ਼ਾ ਵੱਜਦਾ ਸੀ, ਇੰਦਗੜ। ਅੱਛਾ ਬਾਬਾ ਜੀ, ਇਹ ਦੱਸੋ ਸਾਨੂੰ, ਤੁਹਾਨੂੰ ਕੋਈ ਆਪਣੇ ਹਾਣੀਆਂ ਦੇ ਨਾਂ ਯਾਦ ਨੇ? ਸਿੱਖਾਂ ਹਿੰਦੂਆਂ ਦੇ ਮੁੰਡੇ ਜਿਹੜੇ ਤੁਹਾਡੇ ਹਾਣ ਦੇ ਹੋਣ ਜਾਂ ਤੁਹਾਡੇ ਤੋਂ ਵੱਡੇ ਹੋਣ ਜਾਂ ਜਿਹਨਾਂ ਨੂੰ ਲੋਕ ਜਾਣਦੇ ਹੋਣ, ਮਸ਼ਹੂਰ ਬੰਦੇ ਹੋਣ? ਨਹੀਂ, ਮੇਰੇ ਤਾਂ ਜਿਹੜੇ ਸੀ ਨਾ ਮੁਸਲਮਾਨਾਂ ਦੇ ਕੰਬੂਆਂ ਦੇ ਮੁਹੱਲੇ ਦੀ, ਜਿਹੜੇ ਤੁਹਾਨੂੰ ਦੱਸਿਆ ਜ਼ੁਬੈਰ ਅਤੇ ਗੁਲਾਮ ਅਬਾਸ, ਉਹ ਮੇਰੇ ਜਮਾਤੀ ਸੀ ਅਤੇ ਸਾਡਾ ਇੱਕ ਮਖਸੂਸ ਜਿਹਾ ਇਹ ਮੁਸਲਮਾਨਾਂ ਦਾ ਗਰੁੱਪ ਸੀ। ਹਿੰਦੂ ਮੁਸਲਮਾਨ ਨੂੰ ਹੱਥ ਮਿਲਾਉਣਾ ਆਪਦੇ ਆਪ ਨੂੰ ਬਰਿਸ਼ਟ ਕਹਿੰਦੇ ਸੀ, ਵੀ ਅਸੀਂ ਪਲੀਤ ਹੋ ਗਏ। ਅੱਛਾ, ਇਹ ਚੀਜ਼ ਹੈ ਸੀ ਧਰਮਕੋਟ ਵਿੱਚ? ਹੈਂਜੀ, ਧਰਮਕੋਟ ਬਹੁਤ ਜ਼ਿਆਦਾ ਸੀ। ਧਰਮਕੋਟ ਦੇ ਵਿੱਚ ਸਾਡੇ ਉਸਤਾਦ ਜਿਹੜੇ ਸੀਗੇ ਨਾ, ਪਹਿਲੀ 'ਚ ਪੜ੍ਹਾਇਆ ਹੈ। ਕੀ ਨਾਮ ਸੀ ਉਸਤਾਦਾਂ ਦਾ? ਸੀਤਾਰਾਮ। ਸੀਤਾਰਾਮ। ਉਹ ਪਹਿਲੀ 'ਚ ਮੈਂ ਉਹਦੇ ਕੋਲ ਪੜ੍ਹਿਆ। ਵਾਲਦ ਸਾਹਿਬ ਮੈਨੂੰ ਉਂਗਲ ਫੜ ਕੇ ਲੈ ਗਏ ਅਤੇ ਉੱਥੇ ਮੈਨੂੰ ਉਹਨਾਂ ਛੱਡ ਕੇ ਆਇਆ। ਮੈਂ ਉਹਨਾਂ ਕੋਲ ਪਹਿਲੀ, ਦੂਸਰੀ, ਤੀਸਰੀ, ਚੌਥੀ ਜਮਾਤ ਕੀਤੀ ਹੈ। ਹਾਂਜੀ, ਉਹ ਸੀਤਾਰਾਮ ਉਹ ਮਿਡਲ ਸਕੂਲ ਸੀ ਅਤੇ ਸ਼ੇਰ ਮੁਹੰਮਦ ਕੈਲੇ ਦਾ ਉੱਥੇ ਹੈਡ ਮਾਸਟਰ ਸੀ। ਠੀਕ ਹੈ ਜੀ। ਅਤੇ ਹਿੰਦੂ ਔਰ ਮੁਸਲਮਾਨ
ਮੁਸ਼ਤਰਕਾ ਮਿਲੇ ਜੁਲੇ ਟੀਚਰ ਸੀ। ਮੁਸਲਮਾਨਾਂ ਦੀ ਤਾਦਾਦ ਸਕੂਲ 'ਚ ਜ਼ਿਆਦਾ ਸੀ, ਹਿੰਦੂਆਂ ਦੀ ਥੋੜ੍ਹੀ ਸੀ। ਮੁਸਲਮਾਨ ਤਾਦਾਦ ਜਿਹੜੇ ਬੱਚੇ ਸੀਗੇ ਉਹ ਵੀ ਜ਼ਿਆਦਾ ਮੁਸਲਮਾਨਾਂ ਦੇ ਸੀ। ਹਿੰਦੂ ਔਰ ਸਿੱਖ ਜਿਹੜੇ ਸੀ ਉਹ ਅਰਜਨ ਦਾਸ ਜਾਂਦੇ ਸੀ। ਅੱਛਾ, ਤੁਹਾਡਾ ਕਿਹੜਾ ਸਕੂਲ ਸੀ ਜਿਹਦੀ ਤੁਸੀਂ ਪੜ੍ਹਦੇ ਸੀ? ਉਹ ਸੀਗਾ ਜੀ ਮਿਡਲ ਸਕੂਲ, ਉਸ ਵਕਤ ਜ਼ਿਲ੍ਹਾ ਕੌਂਸਲ ਨੂੰ BD ਕਹਿੰਦੇ ਸੀ ਸ਼ਾਇਦ। ਜੀ ਠੀਕ ਹੈ, ਉਹ ਸਕੂਲ ਸੀ ਉਹ ਜ਼ਿਲ੍ਹਾ ਕੌਂਸਲ। ਬਾਅਦ ਵਿੱਚ ਤੁਸੀਂ ਚਲੇ ਗਏ AD ਸਕੂਲ ਦੇ ਵਿੱਚ? ਫਿਰ ਮੈਂ ਚਲਿਆ ਗਿਆ, ਯਾਨੀ 5ਵੀਂ ਜਮਾਤ ਉੱਥੇ ਦਾਖਲ ਹੋਇਆ। 4 ਜਮਾਤਾਂ ਇੱਥੇ ਕੀਤੀਆਂ। ਠੀਕ ਹੈ, 4 ਸੀਤਾ ਰਾਮ ਕੋਲ ਕੀਤੀਆਂ। ਸੀਤਾ ਰਾਮ ਦਾ ਰਵੱਈਆ ਤੁਸੀਂ ਦੱਸਦੇ ਪਏ ਸੀ ਥੋੜ੍ਹਾ ਮੁਖਤਲਿਫ ਸੀ, ਉਹ ਕਿਸ ਤਰ੍ਹਾਂ ਤੁਸੀਂ ਮੁਖਤਲਿਫ ਮਹਿਸੂਸ ਕੀਤਾ? ਉਹ ਜੀ ਵੀ ਉਹ ਮੁਸਲਮਾਨ ਬੱਚਿਆਂ ਨੂੰ ਇੱਕ ਪਾਸੇ ਭਾਉਂਦਾ ਸੀ, ਤਵੱਜੋ ਨਹੀਂ ਸੀ ਦਿੰਦਾ। ਹਿੰਦੂ ਬੱਚਿਆਂ ਦੇ ਨਾਲ ਉਹ ਜ਼ਿਆਦਾ ਘੁਲ ਮਿਲ ਜਾਂਦਾ ਸੀ। ਠੀਕ ਹੈ ਜੀ, ਅਸੀਂ ਉਸ ਵਕਤ, ਮੇਰੀ ਉਮਰ ਸਿਰਫ 6 ਸੀ, ਅਤੇ ਮੈਂ ਉਸ ਵਕਤ ਮਹਿਸੂਸ ਕਰਦਾ ਸੀ ਵੀ ਇਹ ਜਿਹੜਾ ਨਾ ਇਹਦਾ ਰਵੱਈਆ ਸਾਡੇ ਨਾਲ ਸਹੀ ਨਹੀਂ, ਸਮਾਂ ਨਹੀਂ ਹੈ ਰਵੱਈਆ। ਹਾਂ, ਯਾਨੀ ਮੈਂ ਮਹਿਸੂਸ ਕਰਦਾ ਸੀ, ਅਹਿਸਾਸ ਕਰਦਾ ਸੀ ਵੀ ਮੈਂ ਹੈਡਮਾਸਟਰ ਦਾ ਬੇਟਾ ਹੈ, ਮੇਰੇ ਬਾਪ ਦਾ ਦੋਸਤ ਹੈ, ਫਿਰ ਵੀ ਇਹਦੀ ਤਵੱਜੋ ਮੇਰੇ 'ਤੇ ਪੂਰੀ ਨਹੀਂ। ਅੱਛਾ ਜੀ, 6 ਵਰ੍ਹਿਆਂ ਦੀ ਉਮਰ 'ਚ ਵੀ ਤੁਸੀਂ ਇਹ ਚੀਜ਼ ਮਹਿਸੂਸ ਕਰ ਲਈ ਸੀ। ਅੱਛਾ, ਫਿਰ ਤੁਸੀਂ AD ਹਾਈ ਸਕੂਲ 'ਚ ਚਲੇ ਗਏ? ਹਾਂਜੀ, AD ਹਾਈ ਸਕੂਲ ਸੀ, ਅਰਜਨ ਦਾਸ ਹਾਈ ਸਕੂਲ। ਹਾਂਜੀ, ਅਰਜਨ ਦਾਸ ਹਾਈ ਸਕੂਲ ਸੀ, ਉਸ ਵਕਤ ਹਾਈ ਸਕੂਲ ਸੀ, ਹੁਣ ਕਾਲਜ ਹੈ। ਅੱਛਾ ਜੀ, ਠੀਕ ਹੈ, ਉੱਥੋਂ ਦੇ ਕੁਛ ਉਸਤਾਦਾਂ ਦੇ ਨਾਂ ਯਾਦ ਨੇ ਤੁਹਾਨੂੰ? ਅਦਰੀਸ ਸਾਹਿਬ ਸੀ ਜੀ ਸਾਡੇ ਮੁਸਲਮਾਨ ਟੀਚਰ, ਉਰਦੂ ਪੜ੍ਹਾਉਂਦੇ ਸੀ। ਠੀਕ ਹੈ, ਇੱਕ ਸ਼ਾਹ ਸਾਹਿਬ ਸੀ, ਉਹਨਾਂ ਦਾ ਪੂਰਾ ਨਾਮ ਮੈਨੂੰ ਯਾਦ ਨਹੀਂ। ਅੱਛਾ ਜੀ, ਉਹ ਰਿਆਜ਼ੀ ਪੜ੍ਹਾਉਂਦੇ ਸੀ। ਠੀਕ ਹੈ, ਮੇਲਾ ਰਾਮ ਅਤੇ ਇੱਕ ਦੋ ਹੋਰ ਟੀਚਰ ਸੀ, ਉਹ ਵੀ ਅੰਗਰੇਜ਼ੀ ਪੜ੍ਹਾਉਂਦੇ ਸੀ। ਅੱਛਾ ਜੀ, ਅਤੇ ਸਾਡੇ ਸੈਕਸ਼ਨ ਤੁਹਾਨੂੰ ਮੈਂ ਦੱਸਿਆ 45-50 ਦੇ ਕਰੀਬ ਜਾਂ 40 ਦੇ ਕਰੀਬ ਤਾਦਾਦ ਸੀ। ਠੀਕ ਹੈ, ਜਿਹਨਾਂ 'ਚ ਅਸੀਂ 10-12 ਮੁਸਲਮਾਨਾਂ ਸੀ ਅਤੇ ਸਾਨੂੰ ਪਿੱਛੇ ਸੀਟ ਮਿਲਦੀ ਸੀ। ਅੱਛਾ, ਕਲਾਸ ਰੂਮ 'ਚ ਇਸ ਤਰ੍ਹਾਂ ਦਾ ਮਸਲਾ ਹੈ ਸੀ ਕੋਈ? ਹਾਂਜੀ, ਕਦੇ ਤੁਸੀਂ ਕਲਾਸ ਦੇ ਵਿੱਚ ਸਕੂਲ ਦੇ ਵਿੱਚ ਇਸ 'ਤੇ ਗੱਲ ਨਹੀਂ ਕੀਤੀ ਵੀ ਸਾਨੂੰ ਪਿੱਛੇ ਕਿਉਂ ਬਹਾਇਆ ਜਾਂਦਾ? ਨਹੀਂ ਜੀ, ਉਸ ਵਕਤ ਇੰਨਾ ਸ਼ੂਰ ਨਹੀਂ ਸੀਗਾ, ਇਹਦੀ ਸਮਝ ਨਹੀਂ ਸੀ। ਸਹੀ ਹੈ, ਫਿਰ ਕਿੰਨੀਆਂ ਜਮਾਤਾਂ ਤੁਸੀਂ ਧਰਮਕੋਟ ਸਕੂਲ ਤੋਂ ਕੀਤੀਆਂ? ਮੈਂ ਜੀ 5ਵੀਂ ਅਤੇ 6ਵੀਂ ਸੀ ਜਦੋਂ ਪਾਰਟੀਸ਼ਨ ਹੋ ਗਈ। ਅੱਛਾ ਜੀ, ਉੱਥੇ ਨਾਲ ਤੁਹਾਡੇ ਕੋਲ ਹਮ ਜਮਾਤੀ ਮੁੰਡੇ ਸਿੱਖਾਂ ਦੇ ਜਾਂ ਹਿੰਦੂਆਂ ਦੇ ਉਹ ਯਾਦ ਨੇ ਤੁਹਾਨੂੰ ਉਸ ਵੇਲੇ ਦੇ? ਹਿੰਦੂਆਂ ਦੇ ਸਿੱਖਾਂ ਦੇ ਮੁੰਡੇ ਹੈਗੇ ਸੀ, ਕੁਛ ਥੋੜ੍ਹੀ ਥੋੜ੍ਹੀ ਉਹਨਾਂ ਨਾਲ ਮਾਮੂਲੀ ਦੋਸਤੀ ਵੀ ਸੀਗੀ, ਲੇਕਿਨ ਨਾਂ ਨਹੀਂ ਯਾਦ ਰਹੇ। ਠੀਕ ਹੈ, ਸਕੂਲ ਦੇ ਵਿੱਚ ਕੀ ਪੜ੍ਹਾਉਂਦੇ ਸੀ ਉਸ ਵੇਲੇ, ਸਾਨੂੰ ਇਹ ਦੱਸੋ। ਸਕੂਲ 'ਚ ਜੀ ਉਹ ਜਾਂਦਿਆਂ ਜਿਹੜੀ ਜਿਹਨੂੰ ਅਸੀਂ ਅੱਜ ਕੱਲ੍ਹ ਪ੍ਰੇਅਰ ਕਹਿੰਦੇ ਹਾਂ, ਦੁਆ ਕਹਿੰਦੇ ਹਾਂ, ਉਹ ਕੋਈ ਹਿੰਦੀ 'ਚ ਹੁੰਦੀ ਸੀ ਉਹਨਾਂ ਦੀ। ਅੱਛਾ, ਅਤੇ ਬਾਕੀ ਸਾਰੇ ਮਜ਼ਮੂਨ ਪੜ੍ਹਾਉਂਦੇ ਸੀ ਉਹ, ਉਰਦੂ, ਇੰਗਲਿਸ਼, ਰਿਆਜ਼ੀ, ਸਾਇੰਸ। ਉਸ ਵਕਤ ਸਾਇੰਸ ਇਕੱਠੀ ਸੀ। ਠੀਕ ਹੈ ਜੀ, ਫਿਜ਼ਿਕਸ, ਕਮਿਸਟਰੀ, ਰਿਆਜ਼ੀ ਅਲੱਗ ਨਹੀਂ ਸੀ। ਅੱਛਾ ਜੀ, ਅਤੇ ਬਾਕੀ ਯੂਨੀਅਰ ਸੀਨੀਅਰ ਦੀ ਕਲਾਸ ਵੀ ਉੱਥੇ ਸੀ, ਜੂਨੀਅਰ ਸੀਨੀਅਰ ਦੀ। ਹਾਂਜੀ, ਬਹੁਤ ਬੜਾ, ਕਿਉਂਕਿ ਜਿਹੜੇ ਬੱਚੇ ਲੋਅਰ ਮਿਡਲ ਸਕੂਲ 'ਚੋਂ 6ਵੀਂ ਕਰਕੇ ਆਉਂਦੇ ਸੀ, ਉਹਨਾਂ ਨੂੰ ਜੂਨੀਅਰ ਸੀਨੀਅਰ ਕਰਕੇ ਅਤੇ ਫਿਰ 8ਵੀਂ ਦਾਖਲਾ ਮਿਲਦਾ ਸੀ। ਅੱਛਾ ਜੀ, ਹਾਂਜੀ। ਅੱਛਾ ਬਾਬਾ ਜੀ, ਦੱਸੋ ਕਿਵੇਂ ਕਿਵੇਂ ਤੁਸੀਂ ਸੁਣਨਾ ਸ਼ੁਰੂ ਕੀਤਾ ਕਿ ਪਾਕਿਸਤਾਨ ਬਣਦਾ ਪਿਆ ਔਰ ਅਸੀਂ ਇੱਥੋਂ ਛੱਡ ਕੇ ਜਾਣਾ, ਹਿਜਰਤ ਕਰਨੀ ਪੈਣੀ ਹੈ, ਜਾਂ ਪਹਿਲਾਂ ਕਿਤੇ ਇਹ ਸੁਣਿਆ ਸੀ ਵੀ ਇਹ ਇਲਾਕਾ ਪਾਕਿਸਤਾਨ 'ਚ ਸ਼ਾਮਿਲ ਹੋ ਗਿਆ ਅਗਰ ਪਾਕਿਸਤਾਨ ਬਣਿਆ ਤਾਂ? 1940 'ਚ ਗਏ ਹਾਂ ਜੀ ਅਸੀਂ, ਅਤੇ ਉਸ ਵਕਤ ਪਾਕਿਸਤਾਨ ਦਾ ਜਿਹੜਾ ਨਾ ਲੈ ਕੇ ਰਹੇਗੇ ਪਾਕਿਸਤਾਨ, ਦੇਣਾ ਪੜੇਗਾ ਪਾਕਿਸਤਾਨ, ਕੈਦ ਆਜ਼ਮ ਜ਼ਿੰਦਾਬਾਦ। ਇਹ ਮੇਰੀ ਉਸ ਵਕਤ ਉਮਰ 7-8 ਸਾਲ ਸੀ, ਅਤੇ ਮੈਂ 1940 ਵਿੱਚ 1946 ਸਾਲ ਦੀ ਸੀ, ਅਤੇ ਮੈਂ ਆਪਦੇ ਮੁਹੱਲੇ ਦੇ ਮੁਸਲਮਾਨ ਮੁੰਡਿਆਂ ਨੂੰ ਇਕੱਠੇ ਕਰਕੇ ਅਤੇ ਪਾਕਿਸਤਾਨ ਦੀਆਂ ਝੜੀਆਂ ਬਣਾ ਕੇ ਅਤੇ ਬਾਜ਼ਾਰਾਂ ਦੇ ਵਿੱਚ ਫਿਰਦਾ ਸੀਗਾ। ਕਿਸੇ ਹਿੰਦੂ ਦੀ ਜ਼ਰੂਰਤ ਨਹੀਂ ਸੀ ਹੁੰਦੀ ਸਾਨੂੰ ਰੋਕ ਕੇ, ਕਿਉਂਕਿ ਵਾਲਦ ਸਾਹਿਬ ਦਾ ਅਤੇ ਖੁਸ਼ੀ ਮੁਹੰਮਦ ਦਾ ਹੋਲਡ ਸੀ ਸਾਰੇ ਸ਼ਹਿਰ 'ਤੇ, ਕਿਉਂਕਿ ਜਦੋਂ ਇਲੈਕਸ਼ਨ ਹੁੰਦੇ ਸੀ ਨਾ ਕਮੇਟੀ ਦੇ, ਮੈਂਬਰ ਮੁਸਲਮਾਨ ਬਣਦਾ ਸੀ। ਅੱਛਾ ਜੀ, ਵਾਲਦ ਸਾਹਿਬ ਸਰਕਾਰੀ ਟੀਚਰ ਹੋਣ ਦੀ ਵਜ੍ਹਾ ਤੋਂ ਨਹੀਂ ਸੀ ਖੜੋਦੇ, ਅਤੇ ਇੱਕ ਹੋਰ ਹੁੰਦਾ ਸੀ ਅਬਦੁਲ ਸਮਦ, ਉਹ ਉਹਨਾਂ ਦੀ ਜੁੱਤੀਆਂ ਦੀ ਦੁਕਾਨ ਸੀ ਸ਼ਹਿਰ 'ਚ। ਅੱਛਾ ਜੀ, ਉਹਨੂੰ ਮੈਂਬਰ ਬਣਾਉਂਦੇ ਸੀ, ਪ੍ਰੈਜ਼ੀਡੈਂਟ ਬਣਾਉਂਦੇ ਸੀ। ਠੀਕ ਹੈ, 1947 ਅਗਸਤ ਦੀ ਸ਼ੁਰੂ ਤੋਂ ਇਹ ਹਾਲਤ ਰਹੀ ਹੈ। ਅੱਛਾ ਜੀ, ਅਤੇ 1946 ਦਾ ਇਲੈਕਸ਼ਨ ਹੈ,
ਉਸ ਵਕਤ ਮੈਂ ਪੰਜਵੀਂ ਸੀ ਅਤੇ ਮੈਂ ਉਹ ਇਲੈਕਸ਼ਨ ਖੁਦ ਭੁਗਤਾਇਆ ਹੈ, ਪਰਚੀਆਂ ਕੱਟ ਕੱਟ ਕੇ ਦਿੱਤੀਆਂ ਹੈ, ਜਿਹਦੇ 'ਚ ਮੁਸਲਮਾਨ ਜਿਹੜਾ ਸੀਗਾ ਨਾ ਉਹ ਅਲਹਮਦੁਲਿਲਾ ਮੈਂਬਰ ਉੱਥੋਂ ਕਾਮਯਾਬ ਹੋਇਆ, ਮੁਸਲਿਮ ਦੀ ਕਾਮਯਾਬ ਹੋਈ ਹੈ, ਯੂਨੀਵਰਸਿਟੀ ਹਰੀ ਹੈ। ਤੁਹਾਡਾ ਜਿਹੜਾ ਇਲਾਕਾ ਸੀ ਨਵਾਬ ਇਫਤਖਾਰ ਮਮਦੋਟ ਵਾਲਾ ਇਲਾਕਾ ਸੀ? ਨਹੀਂ, ਨਵਾਬ ਇਫਤਖਾਰ ਵਾਲਾ ਮਮਦਾ ਨੇ ਸਰ, ਨਵਾਬ ਰਿਆਸਤ ਜਿਹੜੀ ਸੀ ਉਹ ਸਾਡੇ ਨਾਲ ਹੀ ਪੈਂਦੀ ਸਾਡੇ ਜ਼ਿਲ੍ਹੇ 'ਚ। ਅੱਛਾ, ਸਾਡੀ ਤਹਿਸੀਲ ਜ਼ੀਰਾ ਸੀ, ਜ਼ੀਰਾ ਤਹਿਸੀਲ ਨਵਾਬ ਮਮਦੋਟ ਦੀ ਰਿਆਸਤ 'ਚ ਸ਼ਾਮਿਲ ਨਹੀਂ ਸੀ। ਇੱਥੋਂ ਮੁਸਲਮਾਨ ਉਮੀਦਵਾਰ ਕਿਹੜਾ ਜਿੱਤਿਆ ਸੀ? ਇੱਥੇ ਸੀ ਜੀ ਇਫਤਖਾਰ ਸੀ, ਲਾਹੌਰ ਦਾ ਵਕੀਲ, ਉਹਦਾ ਨਾਮ ਇਫਤਖਾਰ ਸੀ। ਹਾਂਜੀ। ਅੱਛਾ, ਠੀਕ ਹੈ। ਉਹ ਇਲੈਕਸ਼ਨ ਦੇ ਵਿੱਚ ਪਰਚੀਆਂ ਤੁਸੀਂ ਕੱਢਦੇ ਰਹੇ? ਪਰਚੀਆਂ ਲੈ ਲਿਆ ਕੇ ਦਿੰਦੇ ਨੇ, ਮੈਂ ਤਾਂ ਉਦੋਂ ਪੰਜਵੀਂ ਜਮਾਤ ਦਾ ਤਾਲਬ ਇਲਮ ਸੀ, ਕੱਟਣ ਵਾਲੇ ਹੋਰ ਹੁੰਦੇ ਸੀ ਮੈਂਬਰ, ਜਿਹੜੇ ਬੁੱਢੇ ਬੰਦੇ ਨੂੰ ਲੈ ਜਾਣਾ, ਜਾ ਕੇ ਵੋਟ ਦਵਾਉਣੇ ਪਾਉਣੇ, ਸੰਦੂਕੜੀ 'ਤੇ ਲੈ ਜਾਣਾ, ਉਹਨੂੰ ਦੱਸਣਾ ਵੀ ਇਹ ਪਾਕਿਸਤਾਨ ਦਾ ਝੰਡਾ ਆ, ਆਪਣਾ ਨਿਸ਼ਾਨ ਹੈ। ਉਹ ਨਿਸ਼ਾਨ ਮੈਨੂੰ ਭੁੱਲ ਗਿਆ, ਮੇਰੇ ਖਿਆਲ ਯਾਦ ਨਹੀਂ ਸੀ। ਅਤੇ ਬਹਰਹਾਲ ਮੈਂ ਉਸ 'ਚ ਕਾਫੀ ਤਗੋਦੋ, ਜਿਹੜੀ 3 ਦਿਨ ਇਲੈਕਸ਼ਨ ਹੈ ਨਾ, ਮੈਂ ਉਹਦੇ 'ਚ ਪੂਰੀ ਜਿਹੜੀ ਹੈ ਨਾ, ਔਰ ਅਲਹਮਦੁਲਿਲਾ 1946 ਦਾ ਜਿਹੜਾ ਇਲੈਕਸ਼ਨ ਸੀਗਾ ਇਹ ਪਾਕਿਸਤਾਨ ਬਣਨ ਦੀ ਬੁਨਿਆਦ ਬਣੀ ਹੈ। ਅੱਛਾ, ਫਿਰ ਉਹ ਇਲੈਕਸ਼ਨ ਹੋ ਗਿਆ, ਉਸ ਤੋਂ ਬਾਅਦ ਕਿਵੇਂ ਕਿਵੇਂ ਗੱਲ ਅੱਗੇ ਤੁਰੀ? ਫਿਰ ਇਹ ਇਲੈਕਸ਼ਨ ਹੋ ਗਿਆ ਅਤੇ ਖਿਜ਼ਰ ਹਯਾਤ ਨੇ, ਯੂਨੀਵਰਸਿਟੀ ਨੇ, ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਅਕਸਰੀਅਤ ਸੀ ਮੈਂਬਰਾਂ ਦੀ, ਮੁਸਲਮਾਨ ਹਕੂਮਤ ਨਹੀਂ ਬਣ ਦਿੱਤੀ ਮੁਸਲਿਮ ਲੀਗ ਦੀ, ਮੁਸਲਿਮ ਲੀਗ ਦੀ, ਜਿਹਦੀ ਵਜ੍ਹਾ ਤੋਂ ਪੰਜਾਬ ਦੇ ਤਕਸੀਮ ਹੋਈ ਹੈ। ਯੂਨੀਅਨਿਸਟ ਪਾਰਟੀ ਨੇ ਹਕੂਮਤ ਬਣਾ ਲਈ ਸੀ? ਯੂਨੀਅਨ ਪਾਰਟੀ ਅਤੇ ਕਾਂਗਰਸ ਮਿਲ ਗਈ ਨਾਲ। ਅੱਛਾ, ਉਹਨਾਂ ਨੇ ਬਣਾਇਆ ਖਿਜ਼ਰ ਹਯਾਤ ਟਵਾਣੇ ਨੂੰ। ਠੀਕ ਹੈ, ਖਿਜ਼ਰ ਹਯਾਤ ਟਵਾਣਾ ਬਣਾਇਆ, ਫਿਰ ਉਹਦੇ ਅਗਰ ਤਹਿਰੀਕ ਚੱਲੀ ਅਤੇ ਮੁਸਲਮਾਨ ਔਰਤਾਂ 'ਤੇ ਸਿਆਪਾ ਕੀਤਾ, ਖਿਜ਼ਰ ਦੀ ਮਰ ਗਈ ਮਾਂ ਸਿਆਪਾ ਕੌਣ ਕਰੇ, ਖਿਜ਼ਰ ਦੀ ਮਰ ਗਈ ਮਾਂ ਸਿਆਪਾ ਕੌਣ ਕਰੇ, ਇਹ 1946 ਦੀ ਬਾਤ ਹੈ। ਅੱਛਾ ਅੱਛਾ, ਖਿਜ਼ਰ ਹਯਾਤ ਟਵਾਣਾ ਜਿਸ ਵੇਲੇ ਉਸ ਵੇਲੇ ਵਜ਼ੀਰ ਆਜ਼ਮ ਵਜ਼ੀਰ-ਏ-ਆਲਾ ਬਣ ਗਿਆ ਸੀ, ਸੀਐਮ ਬਣ ਗਿਆ, ਉੱਥੇ ਫਿਰ ਉਹਦੇ ਖਿਲਾਫ ਇਸ ਤਰ੍ਹਾਂ ਦੇ ਨਾਅਰੇ ਲੱਗਦੇ ਹੁੰਦੇ ਸੀ? ਤਹਿਰੀਕ ਚੱਲੀ ਜੀ ਬਕਾਇਦਾ, ਸਿਵਲ ਨਾਫਰਮਾਨੀ ਦੀ। ਅੱਛਾ, ਫਿਰ ਉਹਨੂੰ ਅਸਤੀਫਾ ਦੇਣਾ ਪਿਆ, ਫਿਰ ਗਵਰਨਰ ਰਾਜ ਲੱਗ ਗਿਆ। ਅੱਛਾ ਜੀ, ਫਿਰ ਕਿਵੇਂ ਗੱਲ ਅੱਗੇ ਟੁਰੀ? ਫਿਰ ਜੀ ਸਾਨੂੰ 1946 ਦੇ ਕਾਮਯਾਬ, ਜਦੋਂ ਮੁਸਲਮਾਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਇਨਸ਼ਾਅੱਲਾ ਅਲਹਮਦੁਲਿਲਾ ਪਾਕਿਸਤਾਨ ਬਣਨਾ ਹੈ, ਫਿਰ ਜਿਹੜੀਆਂ 46-47 ਕਹਿ ਦੇ ਉਹਦੇ ਮੀਟਿੰਗਾਂ ਹੋਈਆਂ ਅੰਗਰੇਜ਼ਾਂ ਦੀਆਂ, ਉੱਥੇ ਅਸੂਲੀ ਤੌਰ 'ਤੇ ਉਹਨਾਂ ਨੇ ਮੰਨ ਲਈ ਇਸ ਗੱਲ ਨੂੰ ਕਿ ਅਸੀਂ ਤੁਹਾਨੂੰ ਪਾਕਿਸਤਾਨ ਦਿੰਦੇ ਹਾਂ। ਠੀਕ ਹੈ, ਫਿਰ ਇਹਦਾ ਐਲਾਨ ਹੋ ਗਿਆ ਵੀ 14 ਅਗਸਤ ਨੂੰ ਐਲਾਨ ਹੋਏਗਾ, ਲੇਕਿਨ ਬਾਉਂਡਰੀ ਕਮਿਸ਼ਨ ਸੀਗਾ ਜਿਹਦਾ ਰੈੱਡ ਕਲਫ ਅੰਗਰੇਜ਼ ਇੰਚਾਰਜ ਸੀ, ਅਤੇ ਪਟੇਲ ਅਤੇ ਹੋਰ ਕਾਂਗਰਸ ਦੇ ਅਤੇ ਇੱਕ ਦੋ ਮੁਸਲਮਾਨ ਮੈਂਬਰ ਵੀ ਸੀ, ਉਹਨਾਂ 'ਚ ਬਿਰਲਾ ਅਤੇ ਡਾਲਮੀਆਂ ਦੋ ਸੇਠ ਸੀ ਹਿੰਦੁਸਤਾਨ ਦੇ, ਜਿਹੜੇ ਸੀ ਨਾ, ਉਹਨਾਂ ਦੀਆਂ ਸਟੀਲ ਦੀਆਂ ਮਿੱਲਾਂ ਸੀ। ਠੀਕ ਹੈ, ਉਹਨਾਂ ਨੇ ਬੜੀ ਭਾਰੀ ਰਿਸ਼ਵਤ ਦਿੱਤੀ ਅਤੇ ਕਸ਼ਮੀਰ ਨੂੰ ਰਸਤਾ ਦੇਣ ਵਾਸਤੇ, ਜਿਹੜੇ 4 ਜ਼ਿਲ੍ਹੇ ਪਾਕਿਸਤਾਨ ਸੀ ਜਿਹਨਾਂ 'ਚ ਸਾਡਾ ਇਲਾਕਾ ਤਹਿਸੀਲ ਜ਼ੀਰਾ ਵੀ ਸੀ, ਖਾਲਸ ਮੁਸਲਮਾਨ ਇਲਾਕਾ ਸੀਗਾ, ਇਹ ਕੱਟ ਕੇ ਅਤੇ ਹਿੰਦੁਸਤਾਨ ਨੂੰ ਦੇ ਦਿੱਤਾ। 14 ਅਗਸਤ ਨੂੰ ਅਸੀਂ ਤਗੜੇ ਸੀਗੇ, ਪਾਕਿਸਤਾਨ ਦਾ ਐਲਾਨ ਹੋਇਆ, ਹਿੰਦੂਆਂ ਸਿੱਖਾਂ ਨੇ ਸਾਨੂੰ ਮੁਬਾਰਕਬਾਦ ਦਿੱਤੀ, ਲੇਕਿਨ 15 ਨੂੰ ਹਾਲਾਤ ਖਰਾਬ ਹੋ ਗਏ, 15 ਨੂੰ ਹਾਲਾਤ ਸ਼ਹਿਰ ਦੇ ਖਰਾਬ ਹੋ ਗਏ। ਅੱਛਾ ਜੀ, ਕਿਉਂਕਿ ਯਾਸ ਉਮੀਦ ਪਤਾ ਨਹੀਂ ਇਲਾਕਾ ਕਿੱਧਰ ਜਾਂਦਾ ਹੈ ਦੋਨਾਂ ਬਰਾਦਰੀਆਂ ਨੂੰ, ਹਿੰਦੂ ਨੂੰ ਵੀ ਮੁਸਲਮਾਨ ਨੂੰ ਵੀ। ਅੱਛਾ ਜੀ, ਅਤੇ 16 ਨੂੰ ਸਾਡੇ ਨਾਲ ਦਾ ਜਿਹੜਾ ਮਹੱਲਾ ਸੀਗਾ, ਹਾਂ, ਗਿੱਲਾਂ ਦਾ ਗਵਾੜ, ਠੀਕ ਹੈ, ਉੱਥੇ ਕਿਸੇ ਕਰਾੜੀ ਨੇ ਚੀਖ ਮਾਰੀ, ਹਾਏ ਕਹਿ ਰੋਚ ਦੇਣਾ, ਸਾਡੇ ਮਹੱਲੇ ਨੇ ਸਮਝਿਆ ਵੀ ਕਿਸੇ ਮੁਸਲਮਾਨ 'ਤੇ ਹਮਲਾ ਹੋਇਆ, ਉਹ ਬੱਚੀਆਂ ਕੁਹਾੜੀਆਂ ਲੈ ਕੇ ਅਤੇ ਉਹ ਨਿਕਲ ਖੜੋਤੇ, ਅੱਗੋਂ ਗਿੱਲਾਂ ਦੇ ਗਵਾੜ 'ਤੇ ਆਏ ਅਤੇ ਉਹ ਸਿੱਖ ਵੀ ਖੜੋਤੇ ਸੀਗੇ। ਬਾਲਦ ਸਾਹਿਬ ਸਾਡਾ ਜਿਹੜਾ ਮਕਾਨ ਸੀਗਾ ਉਹ ਬਿਲਕੁਲ ਮਹੱਲਾ ਮਲਾਹਾਂ ਦੇ ਅਖੀਰ 'ਤੇ ਗਿੱਲਾਂ ਦੇ ਗਵਾੜ ਦਾ ਸ਼ੁਰੂ ਹੋਏ, ਬਾਲਦ ਸਾਹਿਬ ਖੜ੍ਹੇ ਸੀਗੇ ਤਲਵਾਰ ਲੈ ਕੇ, ਉਹਨਾਂ ਨੇ ਆਪਣੇ ਮਹੱਲੇ ਨੂੰ ਰੋਕਿਆ, ਜਿਹੜਾ ਗਿੱਲਾਂ ਦੇ ਗਵਾੜ ਦਾ ਨੰਬਰਦਾਰ ਸੀ ਲਾਭ ਸਿੰਘ, ਉਹ ਬਾਲਦ ਸਾਹਿਬ ਦਾ ਦੋਸਤ ਸੀ, ਉਹ ਕਹਿੰਦੇ ਮਾਸਟਰ ਜੀ ਤੁਸੀਂ ਆਣ ਕੇ ਇਕੱਲੇ ਗੱਲ ਸੁਣ ਲਓ। ਅੱਬਾ ਜੀ ਗਏ, ਉਹਨਾਂ ਨੇ ਸਾਰੀ ਹਕੀਕਤ ਦੱਸਦੀ ਵੀ ਸਾਡਾ ਕੋਈ ਐਸੀ ਗੱਲ ਨਹੀਂ, ਅੱਬਾ ਜੀ ਨੇ ਆਪਦੇ ਸਾਥੀਆਂ ਨੂੰ ਸਮਝਾ ਕੇ ਅਤੇ ਵਾਪਸ ਭੇਜਤਾ। ਠੀਕ ਹੈ, 17 ਤਾਰੀਖ ਨੂੰ ਫਿਰ ਮੀਟਿੰਗਾਂ ਹੋਈਆਂ ਸਾਡੇ ਮਹੱਲੇ ਦੇ ਵਿੱਚ, ਸਾਡੇ ਮਕਾਨ ਦੇ ਸਾਹਮਣੇ, ਹਿੰਦੂ ਸਿੱਖਾਂ ਦੀਆਂ ਵੀ ਆਪਾਂ ਅਮਨ ਦੇ ਨਾਲ ਰਹਿਣਾ ਹੈ, ਲੇਕਿਨ 17 ਦੀ ਸ਼ਾਮ ਨੂੰ ਬਾਉਂਡਰੀ ਕਮਿਸ਼ਨ ਦਾ ਐਲਾਨ ਹੋ ਗਿਆ, ਉਹ ਇਲਾਕਾ ਹਿੰਦੁਸਤਾਨ ਚਲਿਆ ਗਿਆ, ਹਿੰਦੂਆਂ ਸਿੱਖਾਂ ਦੇ ਜਿਹੜੇ ਸੀਗੇ ਉਹ ਅੱਖਾਂ ਫਿਰ ਗਈਆਂ, ਉਹਨਾਂ ਦਾ ਰਵੱਈਆ ਹੋਰ ਹੋ ਗਿਆ,
ਤੇ ਜਿਹੜੇ ਸ਼ਹਿਰ ਦੇ ਵਿੱਚ ਮੁਸਲਮਾਨ ਮਹੱਲੇ ਸੀ ਹਿੰਦੂਆਂ ਸਿੱਖਾਂ ਦੇ ਵਿੱਚ ਉੱਥੇ ਹਿਜਰਤ ਸ਼ੁਰੂ ਹੋ ਗਈ। ਅੱਛਾ ਜੀ, ਫਿਰ 18 ਤਾਰੀਖ ਨੂੰ ਈਦ ਸੀ, 17 ਨੂੰ ਆਖਰੀ ਰੋਜ਼ਾ ਸੀ। ਠੀਕ ਹੈ। ਅਤੇ ਈਦ ਵਾਲੇ ਦਿਨ ਜਿਹੜੀ ਸੜਕ ਜਾਂਦੀ ਸੀ ਨਾ ਧਰਮਕੋਟ ਤੋਂ ਮੋਗੇ ਨੂੰ, ਅੱਛਾ ਜੀ, ਉਹਦੇ 'ਤੇ ਪਿੰਡ ਸੀ ਜਲਾਲਾਬਾਦ। ਅੱਛਾ ਜੀ। ਰਾਜਪੂਤਾਂ ਦਾ ਅਤੇ ਗੌਰ ਖਾਨ ਨੰਬਰਦਾਰ, ਉਹਦੇ ਕੋਲ ਪੱਕੀਆਂ ਰਾਈਫਲਾਂ ਸੀ। ਅਤੇ ਉੱਥੋਂ ਜਦੋਂ ਮੇਰੇ ਨਾਨਕੇ ਉੱਠ ਕੇ ਆਏ ਤਾਂ ਅੱਬਾ ਜੀ ਕਹਿੰਦੇ ਵੀ ਗੌਰ ਖਾਨ ਜਿਹੜਾ ਉਹ ਜਲਾਲਾਬਾਦ ਨਹੀਂ ਬੈਠ ਸਕਿਆ, ਅਤੇ ਸਾਡੇ ਕੋਲ ਤਾਂ ਛੁਰਾ ਵੀ ਹੈ ਨਹੀਂ, ਮੁਸਲਮਾਨਾਂ ਕੋਲ ਤਾਂ ਸੋਟੀਆਂ ਹੈ ਬਰਛੀਆਂ ਤਲਵਾਰਾਂ ਵੀ ਨਹੀਂ ਇਹਨਾਂ ਨੇ ਬਣਾਈਆਂ। ਅਤੇ ਉਹ ਫਿਰ ਜਿਹੜਾ ਸਭ ਤੋਂ ਪਹਿਲੋਂ ਹਿਜਰਤ ਜਿਹੜੀ ਸੀ ਨਾ, ਉਸ ਵਕਤ ਨੰਬਰਦਾਰ ਆ ਗਿਆ ਲੱਭੂ, ਕਹਿੰਦਾ ਜੀ ਅਸੀਂ ਹੈਗੇ ਹਾਂ ਤੁਹਾਡੇ ਦੋਸਤ ਹੈ ਅਸੀਂ, ਲੇਕਿਨ ਉਹ ਸਾਡੀ ਆਪਣੀ ਹਿੰਮਤ ਹੈ, ਅਸੀਂ ਇਹ ਸਮਝਿਆ ਵੀ ਇਹ ਧੋਖਾ ਹੈ। ਲਾਭ ਸਿੰਘ ਨੇ ਜਿਸ ਵੇਲੇ ਕਿਹਾ ਵੀ ਤੁਸੀਂ ਨਾ ਜਾਓ, ਅਸੀਂ ਹੈਗੇ ਹਾਂ, ਠੀਕ ਹੈ, ਤੁਹਾਨੂੰ ਕੋਈ ਤੁਹਾਡੇ ਲਈ ਵੇਖ ਨਹੀਂ ਸਕਦਾ। ਠੀਕ ਹੈ। ਅਤੇ ਵਾਲਦ ਸਾਹਿਬ ਸ਼ਸ਼ੋ ਪੰਜ ਸੀ, ਵਾਲਦਾ ਨੇ ਬੁਰਕਾ ਪਾਇਆ, ਅਸੀਂ ਅਕਸਰ 3 ਭਰਾ ਸੀ, ਮੇਰੀ ਉਮਰ 12 ਸਾਲ ਸੀ, ਬੜੇ ਭਾਈ ਜਾਨ ਦਾ ਨਾਂ ਨਜ਼ੀਰ ਅਹਿਮਦ, ਉਹਨਾਂ ਦੀ 14 ਸਾਲ ਸੀ। ਠੀਕ ਹੈ। ਛੋਟਾ ਭਾਈ ਮੇਰਾ ਉਹ 2.5 ਸਾਲ ਦਾ ਸੀ। ਅੱਛਾ ਜੀ। ਉਹ ਨਜ਼ੀਰ ਅਹਿਮਦ ਨੇ ਚੱਕਿਆ ਅਤੇ ਵਾਲਦਾ ਨੇ ਤਾਬੀਆਂ ਲਾ ਕੇ ਅਤੇ ਬਾਹਰ ਨਿਕਲ ਆਈ ਅਤੇ ਉਹਨਾਂ ਸਿੱਖਾਂ ਨੇ ਰਾਹ ਛੱਡ ਦਿੱਤਾ, ਅਤੇ ਅਸੀਂ ਤੁਰ ਪਏ ਅਤੇ ਵਾਲਦ ਸਾਹਿਬ ਨੇ ਤਾਲਾ ਲਾ ਕੇ ਅਤੇ ਚਾਬੀਆਂ ਨੰਬਰਦਾਰ ਨੂੰ ਦੇਤੀਆਂ, ਉਹ ਵੀ ਆ ਗਏ ਅਤੇ ਅਸੀਂ ਕੈਲੇ ਆ ਗਏ। ਅੱਛਾ ਜੀ। ਕੈਲਾ ਮੁਸਲਮਾਨਾਂ ਦਾ ਪਿੰਡ ਸੀਗਾ, ਸ਼ਹਿਰ ਧਰਮਕੋਟ ਦੇ ਸ਼ਮਾਲ ਦੀ ਤਰਫ। ਉਦੋਂ ਪਹਿਲੇ ਜਿਸ ਵੇਲੇ ਤੁਸੀਂ ਨਿਕਲੇ ਹੋ, ਘਰ ਛੱਡਣ 'ਤੇ ਮਜਬੂਰ ਹੋਏ ਹੋ, ਕੋਈ ਹਮਲੇ ਦੀਆਂ ਨਿਸ਼ਾਨੀਆਂ ਜ਼ਾਹਿਰ ਹੋ ਗਈਆਂ ਸੀ ਤੁਹਾਡੇ 'ਤੇ ਹਮਲਾ ਹੋਣਾ? ਹਾਂ ਜੀ, ਜਿਹੜਾ ਹਮਲੇ ਦੀਆਂ ਨਿਸ਼ਾਨੀਆਂ ਜ਼ਾਹਿਰ ਹੋ ਗਈਆਂ ਸੀ, ਕਿਉਂਕਿ ਹਿੰਦੂਆਂ ਸਿੱਖਾਂ ਦੇ ਦਿਲ ਵੱਧ ਗਏ ਸੀ, ਮੁਸਲਮਾਨ ਆਪਣੇ ਮਹੱਲਾ 'ਚੋਂ ਜਿਹੜੇ ਵਿੱਚ ਸੀ ਉਹਨਾਂ ਦੇ ਉਹ ਠੜੋਤੇ ਸੀਗੇ। ਸਾਡਾ ਮਹੱਲਾ ਤਿੰਨਾਂ ਪਾਸਿਆਂ ਤੋਂ ਹਿੰਦੂਆਂ ਸਿੱਖਾਂ 'ਚ ਘਿਰਿਆ ਹੋਇਆ ਸੀ, ਮਹੱਲਾ ਕਾਫੀ ਬੜਾ ਸੀ, ਆਬਾਦੀ ਬੜੀ ਸੀ, ਨੌਜਵਾਨ ਬੜੇ ਸੀ, ਲੇਕਿਨ ਅੱਬਾ ਜੀ ਨੇ ਸਮਝ ਕੀਤੀ ਵੀ ਸਾਡੇ ਕੋਲ ਤਾਂ ਅਸਲਾ ਕੋਈ ਨਹੀਂ, ਅਤੇ ਉਹ ਫਿਰ ਕੁਛ ਤਾਂ ਸਾਡੇ ਮਗਰ ਘੈਲੇ ਵਾਲੀ ਆ ਗਏ, ਅਤੇ ਕੁਛ ਬਾਕੀ ਜਿਹੜੇ ਸੀਗੇ ਮਹੱਲੇ ਵਾਲੇ, ਉਹ ਨੂਰਪੁਰ ਦਾ ਜਿਹੜਾ ਮਹੱਲਾ ਸੀਗਾ ਨਾ ਕੰਬੂਆਂ ਵਾਲਾ, ਉੱਧਰ ਚਲੇ ਗਏ, ਕਿਉਂਕਿ ਉਹ ਕਾਫੀ ਮੁਸਲਮਾਨਾਂ ਦੀ ਆਬਾਦੀ ਸੀ। ਅਤੇ 18 ਤਾਰੀਖ ਨੂੰ ਜਦੋਂ ਅਸੀਂ ਨਿਕਲੇ ਹਾਂ, ਉੱਥੇ ਹਮਲਾ ਹੋ ਗਿਆ, ਮੁਸਲਮਾਨਾਂ ਅਤੇ ਹਿੰਦੂਆਂ ਦੀ ਜੰਗ ਹੋਈ ਹੈ, ਅਤੇ ਇੱਕ ਸੀ ਥਾਣੇਦਾਰ ਹੈਦੈਤੁੱਲਾ, ਉਸ ਮਹੱਲੇ ਦਾ ਸੀ, ਉਹਦੇ ਕੋਲ ਇੱਕ 12 ਬੋਰ ਦੀ ਬੰਦੂਕ ਸੀ, ਹੋਰ ਕਿਸੇ ਮੁਸਲਮਾਨ ਕੋਲ ਕੁਛ ਨਹੀਂ ਸੀ। ਅੱਛਾ ਜੀ। ਲੇਕਿਨ ਮੁਸਲਮਾਨਾਂ ਨੇ ਛਵੀਆਂ ਕੁਹਾੜੀਆਂ ਬਰਛੀਆਂ ਦੇ ਨਾਲ ਹਿੰਦੂਆਂ ਨੂੰ ਸਿੱਖਾਂ ਨੂੰ ਭਜਾਇਆ ਹੈ 2 ਦਿਨ ਮਤਵਾਤਰ। ਅੱਛਾ ਜੀ। 18 ਔਰ 19 ਉਸ ਵਕਤ ਫਿਰ ਨਾਭਾ ਅਤੇ ਪਟਿਆਲਾ ਦੀ ਜਿਹੜੀ ਹਿੰਦੂ ਮਿਲਟਰੀ ਸੀਗੀ ਉਹ ਆਈ ਹੈ, ਅਤੇ ਅਸੀਂ ਰਹਿਫਲਾ ਦੇ ਅੱਗੇ ਨਹੀਂ ਠਹਿਰ ਸਕੇ, ਅਤੇ ਅਸੀਂ ਸ਼ਹਿਰ ਖਾਲੀ ਕਰਦਾ। ਠੀਕ ਹੈ, ਠੀਕ ਹੈ। ਲੇਕਿਨ ਉਸ ਸ਼ਹਿਰ ਵਿੱਚ ਜਿਹੜੇ ਧਰਮਕੋਟ ਵਿੱਚ ਮੁਸਲਮਾਨ ਰਹਿ ਗਏ ਸੀ ਬੈਠੇ, ਉਹਨਾਂ ਦੀ ਕੀ ਕਿਸਮਤ ਹੋਈ, ਕੀ ਪਤਾ ਲੱਗਿਆ? ਕੋਈ ਨਹੀਂ ਬੈਠਾ ਜੀ ਉੱਥੇ, ਸਭ ਹਿਜਰਤ ਕਰ ਗਏ। ਹਿਜਰਤ ਕਰ ਗਏ, ਜਾਂ ਮਾਰੇ ਗਏ ਜਾਂ ਹਿਜਰਤ ਕਰ ਗਏ। ਯਾਨੀ ਹਮਲਾ ਤਾਂ ਹੋਇਆ ਫਿਰ ਧਰਮਕੋਟ? ਹਮਲਾ ਤਾਂ ਹੋਇਆ ਜੀ, ਮੁਸਲਮਾਨਾਂ ਨੇ ਫਤਿਹ ਵੀ ਹਾਸਲ ਕੀਤੀ ਹੈ, ਹਿੰਦੂਆਂ ਨੂੰ ਭਜਾਇਆ ਵੀ ਹੈ, ਲੇਕਿਨ ਜਿਸ ਵਕਤ ਮਿਲਟਰੀ ਆ ਗਈ ਅਤੇ ਮਿਲਟਰੀਆਂ ਦੀ ਰਾਈਫਲਾਂ ਦੇ ਅੱਗੇ ਮੁਸਲਮਾਨ ਨਹੀਂ ਠਹਿਰ ਸਕੇ। ਜ਼ਾਹਿਰ ਹਿੰਦੂ ਮਿਲਟਰੀ ਸੀ ਨਾ, ਨਾਭਾ ਪਟਿਆਲਾ ਦੀ ਸਿੱਖ ਮਿਲਟਰੀ, ਉਹ ਆ ਗਈ ਸੀ। ਠੀਕ ਹੈ। ਬਾਬਾ ਜੀ, ਤੁਸੀਂ ਕੈਲੇ ਆ ਗਏ ਅਤੇ ਉਸ ਤੋਂ ਬਾਅਦ ਦੀ ਕਹਾਣੀ ਕੀ ਹੈ? ਕੈਲੇ ਜੀ ਅਸੀਂ 18 ਦੀ ਸੁਬਾਹ ਚੱਲੇ ਹਾਂ ਅਤੇ ਪੂਰਾ 18 ਦਾ ਦਿਨ ਅਸੀਂ ਕੈਲੇ ਗੁਜ਼ਾਰਿਆ। ਅੱਛਾ। ਉੱਦਣ ਅਸੀਂ ਇਹ ਦੇਖਦੇ ਰਹੇ ਹਾਂ, ਸੁਣਦੇ ਰਹੇ ਹਾਂ ਵੀ ਧਰਮਕੋਟ 'ਤੇ ਜੰਗ ਸ਼ੁਰੂ ਹੋ ਗਈ ਹੈ, ਲੜਾਈ ਸ਼ੁਰੂ ਹੋ ਗਈ ਹੈ, ਨੂਰਪੁਰ ਦੇ ਮਹੱਲੇ 'ਤੇ ਹਿੰਦੂਆਂ ਸਿੱਖਾਂ ਨੇ ਹਮਲਾ ਕੀਤਾ ਹੈ, ਕੰਬੂਆਂ ਦੇ ਮਹੱਲੇ 'ਤੇ, ਲੇਕਿਨ ਉਹਨਾਂ ਨੇ ਉਹਨਾਂ ਨੂੰ ਭਜਾਇਆ ਹੈ। ਹਦਾਇਤੁੱਲਾ ਨੰਬਰਦਾਰ ਨੇ ਵੀ ਜਿਹੜਾ ਨਾ ਆਪਦੀ ਫਾਇਰਿੰਗ ਕੀਤੀ ਹੈ, ਅਤੇ ਉੱਧਰੋਂ ਵੀ ਸਿੱਖ ਜਿਹੜੇ ਸੀ ਉਹ ਭੱਜ ਗਏ ਸੀ। ਅਤੇ 18 ਅਤੇ 19 ਦੀ ਸ਼ਾਮ ਨੂੰ ਮਿਲਟਰੀ ਆ ਗਈ ਹੈ। ਅੱਛਾ ਜੀ। ਅਤੇ 20 ਨੂੰ ਫਿਰ ਉਹਨੂੰ ਸਾਰਿਆਂ ਨੂੰ ਉੱਥੋਂ ਨਿਕਲਣਾ ਪਿਆ। ਠੀਕ ਹੈ। ਫਿਰ ਕੈਲੇ ਵਿੱਚ ਤੁਸੀਂ ਬੈਠੇ ਸੀ, ਉੱਥੋਂ ਅਗਾਂਹ ਨੂੰ ਟੁਰੇ ਕਿੰਨੇ ਦਿਨ ਕੈਲੇ ਬੈਠੇ ਰਹੇ? ਕੈਲੇ ਜੀ 18 ਦੀ ਤਾਰੀਖ ਅਸੀਂ ਬੈਠੇ ਹਾਂ ਉੱਥੇ, 18 ਦੀ ਸ਼ਾਮ ਅਸੀਂ ਉੱਥੇ ਰਹੇ ਹਾਂ, 19 ਦਾ ਸਾਰਾ ਦਿਨ ਉੱਥੇ ਬੈਠੇ ਹਾਂ। ਅੱਛਾ ਜੀ। 19 ਦੀ ਸ਼ਾਮ ਨੂੰ ਫਿਰ ਬਰਾਦਰੀ ਨੇ ਮਸ਼ਵਰਾ ਕੀਤਾ ਵੀ ਆਪਾਂ ਹੁਣ ਧਰਮਕੋਟ ਨਹੀਂ ਜਾ ਸਕਦੇ, ਵਾਪਸ ਨਹੀਂ ਜਾ ਸਕਦੇ, ਹਾਲਾਤ ਐਸੇ ਹੋਏ ਹੈ, ਅਤੇ ਬਰਾਦਰੀ ਨੇ ਮਸ਼ਵਰਾ ਕੀਤਾ ਵੀ ਉੱਥੇ ਸਾਡੇ
ਜੋਗੇ ਵਾਲਾ ਸਟੇਸ਼ਨ ਸੀ ਸਾਡੇ ਇਲਾਕੇ ਨੂੰ ਲੱਗਦਾ ਜੀ ਹਾਂ, ਲੇਕਿਨ ਉਹਦੇ 'ਚ ਸਿੱਖਾਂ ਦੇ ਪਿੰਡ ਆਉਂਦੇ ਸੀ। ਅੱਛਾ ਜੀ। ਅਸੀਂ ਫਿਰ ਬਣ ਕੇ ਮੁਸਲਮਾਨਾਂ ਦੇ ਪਿੰਡਾਂ 'ਚ ਕਹਿ ਲਓ ਅਸੀਂ 19 ਦੀ ਸ਼ਾਮ ਨੂੰ ਨਿਕਲੇ ਹਾਂ ਅਤੇ ਮੌਜਗੜ ਇੱਕ ਪਿੰਡ ਸੀ 2-2.5 ਮੀਲ 'ਤੇ, ਬਿਲਕੁਲ ਹੈ, ਉੱਥੇ ਰਾਤ ਕੱਟੀ ਹੈ। ਅੱਛਾ ਜੀ। ਅਤੇ 20 ਨੂੰ ਅਸੀਂ ਨਿਕਲੇ ਹਾਂ ਅਤੇ ਫਤਿਹਗੜ੍ਹ ਪੰਜਤੂਰ ਮੁਸਲਮਾਨ ਦਾ ਸ਼ਹਿਰ ਸੀ, ਵੱਡਾ ਸਾਰਾ ਕਸਬਾ ਸੀ ਉਸ ਇਲਾਕੇ 'ਚ, ਵੱਡਾ ਸਾਰਾ ਕਸਬਾ ਸੀ, ਉੱਥੇ ਚਲੇ ਗਏ ਹਾਂ। ਉੱਥੇ ਵੀ ਹਾਈ ਸਕੂਲ ਸੀ ਜੀ? ਹਾਂਜੀ, 20-21 ਅਸੀਂ ਉੱਥੇ ਰਹੇ ਹਾਂ। ਅਤੇ ਉੱਥੇ ਫਿਰ ਅਸੀਂ ਮਸ਼ਵਰਾ ਕੀਤਾ ਵੀ ਵਾਪਸ ਚਲੀਏ ਧਰਮਕੋਟ ਨੂੰ। ਠੀਕ ਹੈ। ਅਤੇ ਜਦੋਂ ਰਾਹ 'ਚ ਆਏ ਹੈ ਅਤੇ ਵੇਖਿਆ ਬਈ ਇੱਦਾਂ ਹਾਲਾਤ ਖਰਾਬ ਹੋ ਗਏ, ਅਤੇ ਫਿਰ ਬਜਾਇਆ ਸੀ ਫਤਿਹਗੜ੍ਹ ਪੰਜਤੂਰ 'ਚ ਸ਼ਹਿਰ 'ਚ ਜਾਣ ਦੇ, ਬਲ ਕੇ ਅਤੇ ਬਾਹਰ ਖੂਹ ਸੀ ਫਸਲਾਂ ਦੇ ਵਿੱਚ, ਉੱਥੇ ਅਸੀਂ ਰਾਤ ਕੱਟੀ ਹੈ। ਅੱਛਾ ਜੀ। ਲੇਕਿਨ ਖਾਧਾ ਪੀਤਾ ਕੁਛ ਨਹੀਂ। ਠੀਕ ਹੈ। ਅਤੇ ਸਵੇਰ ਨੂੰ ਅਸੀਂ 23 ਤਾਰੀਖ ਨੂੰ ਉੱਠੇ ਹੈ, ਇੱਕ ਲੰਬਾ ਸਫ਼ਰ ਕਰਕੇ ਜੋਗੇ ਵਾਲੇ ਪਹੁੰਚੇ ਹੈ, ਅਤੇ ਉੱਥੇ ਇੱਕ ਗੱਡੀ ਮੁਸਲਮਾਨਾਂ ਦੀ ਕੱਟੀ ਹੋਈ ਸੀ। ਕੱਟੀ ਹੋਈ ਆਈ, ਗੱਡੀ ਖੜੀ ਸੀ ਲੇਕਿਨ ਲਾਸ਼ਾਂ 'ਤੇ ਖੂਨ ਵਹਿ ਰਿਹਾ ਸੀ ਗੱਡੀ 'ਚੋਂ। ਉੱਥੇ ਕੀ ਮੰਜ਼ਰ ਤੁਸੀਂ ਦੇਖਿਆ ਉਸ ਗੱਡੀ ਦੇ ਵਿੱਚ? ਉਸ ਗੱਡੀ 'ਤੇ ਵੇਖਿਆ ਜੀ ਦਿਲ ਪੈਰਾ ਹੋਇਆ ਵੀ ਬੱਚੇ ਜਿਹੜੇ ਹੈ, ਬੁੱਢੇ ਜਵਾਨ ਸਾਰੇ ਲਾਸ਼ਾਂ ਬੁਰੀਆਂ। ਅਸੀਂ ਫਿਰ ਨਜ਼ਦੀਕ ਨਹੀਂ ਗਏ, ਬਜ਼ੁਰਗ ਗਏ ਹੈ, ਅਤੇ ਉਹ ਫਿਰ ਉਹਨਾਂ ਨੇ ਸਟੇਸ਼ਨ ਪੱਖ ਪਾ ਕੇ, ਨਾਲ ਹੀ ਇੱਕ ਮੁਸਲਮਾਨਾਂ ਦਾ ਪਿੰਡ ਸੀ, ਉੱਥੇ ਫਿਰ ਉਹ ਰਾਤ ਕੱਟੀ ਹੈ। ਉਹ ਗੱਡੀ ਉੱਥੇ ਖੜ੍ਹੀ ਸੀ? ਗੱਡੀ ਉੱਥੇ ਖੜ੍ਹੀ ਸੀ। ਅਸੀਂ ਯਾਨੀ ਗੱਡੀ 'ਤੇ ਜਾਣ ਦਾ ਪ੍ਰੋਗਰਾਮ ਕੈਂਸਲ ਕਰਤਾ, ਅਤੇ ਫਿਰ ਇਹ ਬਣਾਇਆ ਵੀ ਜਿਹੜਾ ਇਹ ਰਸਤਾ ਜਾਂਦਾ ਨਾ ਇੱਥੋਂ ਸਿੱਧਾ ਫਿਰੋਜ਼ਪੁਰ ਨੂੰ, ਉਹਦੇ 'ਤੇ ਪੱਧਰੀ ਅਤੇ ਸਰਾਲੀ ਦੋ ਮੁਸਲਮਾਨਾਂ ਦੇ ਪਿੰਡ ਸੀ, ਉੱਥੇ ਸਾਨੂੰ ਹਮਲੇ ਦਾ ਖਤਰਾ ਸੀ, ਲੇਕਿਨ ਅੱਲਾ 'ਤੇ ਭਰੋਸਾ ਕਰਕੇ ਅਤੇ ਅਸੀਂ ਤੁਰ ਪਏ ਹਾਂ। 24 ਤਾਰੀਖ ਨੂੰ ਅਸੀਂ ਤੁਰੇ ਹਾਂ, 23 ਦੀ ਰਾਤ ਅਸੀਂ ਉਸ ਪਿੰਡ 'ਚ ਕੱਢੀ ਹੈ, ਉੱਥੇ ਸਾਡੇ ਬਾਰਿਸ਼ ਹੋਈ ਹੈ, ਭੁੱਖੇ 'ਤੇ ਆਏ ਅਸੀਂ ਤੁਰ ਪਏ ਹਾਂ। ਅੱਛਾ ਜੀ। ਕੋਈ ਖਾਣਾ ਨਹੀਂ, ਕੋਈ ਪਾਣੀ ਨਹੀਂ। ਅੱਛਾ ਜੀ। ਅਤੇ ਬਾਹਰ ਨਹਿਰ ਸੀਗੀ ਉਸ ਪਿੰਡ ਦੇ, ਉੱਥੇ ਬੈਠੇ ਬਰਾਦਰੀ ਮਸ਼ਵਰਾ ਕਰਦੇ ਰਹੀ ਹੈ, ਲੇਕਿਨ ਉੱਥੇ ਇਕੱਠ ਕਾਫੀ ਹੋ ਗਿਆ, ਯਾਨੀ ਕਾਫਲਾ ਵਾਹਵਾ ਬਣ ਗਿਆ, 2-2.5 ਹਜ਼ਾਰ ਬੰਦਾ ਹੋ ਗਿਆ। ਅੱਛਾ ਜੀ। ਇੱਕ ਦੇ ਕੋਲ ਰਾਈਫਲ ਵੀ ਸੀ, ਇੱਕ ਦੇ ਕੋਲ ਪਿਸਤੌਲ ਸੀ। ਠੀਕ ਹੈ। ਅਤੇ ਫਿਰ ਅੱਲਾ ਦਾ ਭਰੋਸਾ ਕਰਕੇ ਤੁਰ ਪਏ ਹੈ। ਅੱਛਾ ਜੀ। ਅਗਾਂਹ ਗਏ ਹੈ ਅਤੇ ਅੱਗੋਂ ਸਿੱਖ ਖੜ੍ਹੇ ਸੀ ਹਮਲੇ ਵਾਸਤੇ। ਅੱਛਾ। ਲੇਕਿਨ ਜੇ ਸਤਿਗੁਰੂ ਨੇ ਵੇਖਿਆ ਵੀ ਇਹ ਪਿਸਤੌਲ ਵਾਲਾ ਵੀ ਹੈ ਇਹਨਾਂ ਕੋਲ ਅਤੇ ਰਾਈਫਲ ਵਾਲਾ ਵੀ ਹੈ ਅਤੇ ਮੁੰਡੇ ਵੀ ਲੜਨ ਨੂੰ ਤਿਆਰ ਹੈ, ਬਿਲਕੁਲ ਠੀਕ ਹੈ, ਅਤੇ ਸਿੱਖ ਸਾਡੇ ਨੇੜੇ ਨਹੀਂ ਆਏ। ਅੱਛਾ ਜੀ। ਕਿਉਂਕਿ ਸਿੱਖ ਮਾਰਨਾ ਚਾਹੁੰਦੇ ਸੀ, ਮਰਨਾ ਨਹੀਂ ਸੀ ਚਾਹੁੰਦੇ। ਠੀਕ ਹੈ। ਲੁੱਟਣਾ ਚਾਹੁੰਦੇ ਸੀ, ਇੱਜ਼ਤਾਂ ਖੋਣੀਆਂ ਚਾਹੁੰਦੇ ਸੀ, ਖੁਦ ਮਰਨ ਵਾਸਤੇ ਤਿਆਰ ਨਹੀਂ ਸੀ। ਉਸ ਵਕਤ ਜੀ ਫਿਰ ਕਾਫਲਾ ਅਗਾਂਹ ਆ ਗਿਆ ਅਤੇ ਅੱਗੋਂ ਪਤਾ ਲੱਗਿਆ ਵੀ ਅੱਗੇ ਹਮਲਾ ਹੋਇਆ ਹੈ, ਅਤੇ ਅੱਗੋਂ ਫਿਰ ਉਹ ਫਿਰ ਸਾਥੀ ਅੱਗੇ ਚਲੇ ਗਏ ਹੈ, ਉੱਥੋਂ ਕੋਈ ਥੋੜ੍ਹੀ ਜਿਹੀ ਝੜਪ ਹੋਈ ਅਤੇ ਸਿੱਖ ਨੱਸ ਗਏ ਹੈ। ਫਿਰ ਕਾਫਲਾ ਚੱਲਿਆ ਅਤੇ ਫਿਰ ਕੋਈ ਮੀਲਕ ਚੱਲਿਆ ਹੈ, ਅਤੇ ਉਹ ਜਿਹੜਾ ਜਿਹੜੀ ਨਾ ਪਿੰਡ ਸਿੱਖਾਂ ਦਾ ਉਹ ਬਰਾਬਰ ਆਇਆ, ਅਤੇ ਉੱਥੇ ਇੱਕ ਸਿੱਖ ਸੀਗਾ, ਉਹਦੇ ਕੋਲ 12 ਬੋਰ ਦੀ ਬੰਦੂਕ ਸੀ, ਉਹ ਖਾਲੇ 'ਤੇ ਪਿਆ ਸੀ, ਅਤੇ ਕੋਟ ਜਿਹਦੇ ਕੋਲ ਰਾਈਫਲ ਸੀ ਉਹ ਖੜ੍ਹਾ ਸੀ ਉਰਲੇ ਪਾਸੇ ਸੜਕ ਵਾਲੇ ਪਾਸੇ ਜਿੱਥੋਂ ਕਾਫਲਾ ਜਾ ਰਿਹਾ ਸੀ। ਉਹਦੇ ਕੋਲ ਦਰਅਸਲ ਬਾਰੂਦ ਖਤਮ ਹੋ ਗਿਆ ਸੀ, ਕੱਲੀ ਰਾਈਫਲ ਰਹਿ ਗਈ ਸੀ, ਲੇਕਿਨ ਉਹਦੇ ਦਬਕਦੇ ਤੋਂ ਉਹ ਸਿੱਖ ਅਗਾਂਹ ਨਹੀਂ ਆਏ। ਉਹਨੇ ਕਾਫਲੇ ਨੂੰ ਅਗਾਂਹ ਲੰਘਣ ਦਾ ਮੌਕਾ ਦਿੱਤਾ ਹੈ। ਮੈਂ ਉੱਥੇ ਖੜੋਤਾ ਹੈ, ਹੁਣ ਸਿੱਖ ਨੂੰ ਵੇਖਿਆ, ਉਹਦੇ ਕੋਲ 2-3 ਬਰਛੇ ਵਾਲੇ ਸਿੱਖ ਸੀਗੇ, ਮੇਰੇ ਵਾਲਦਰ ਦਰਾ ਵਾਹਵਾ 20-25 ਕਰਮ ਅੱਗੇ ਚਲੇ ਗਏ। ਫਿਰ ਮੈਂ ਭੱਜਿਆ ਅਤੇ ਰਲ ਕੇ ਉਹਨਾਂ ਨੂੰ ਰਲਿਆ। ਉਹ ਕਾਫਲੇ ਤੋਂ ਕਿੰਨੀ ਦੂਰ ਖੜ੍ਹੇ ਸੀ ਅਟਮੇ? ਕੌਣ? ਉਹ ਸਿੱਖ ਜਿਹੜੇ ਨੇ? ਬਿਲਕੁਲ ਜਿਸ ਤਰ੍ਹਾਂ ਇੱਥੋਂ ਸੜਕ ਜਾ ਰਹੀ ਹੈ ਨਾ, ਤੁਸੀਂ ਇਹ ਸੜਕਾਂ ਵੇਖੀ ਆਉਣੀ ਹੈ ਦੂਰੋਂ ਆ, ਜੀ ਜੀ, ਹੁਣ ਪੱਕੀਆਂ ਬਣ ਗਈਆਂ, ਪਹਿਲੇ ਜ਼ਮਾਨੇ 'ਚ ਕੱਚੀਆਂ ਹੁੰਦੀਆਂ ਸੀ। ਠੀਕ ਹੈ। ਉਹ ਸੜਕ 'ਤੇ ਕਾਫਲਾ ਜਾ ਰਿਹਾ ਸੀ ਅਤੇ ਉਹਦੇ ਖੱਬੇ ਹੱਥ ਖਾਲਾ ਸੀ ਅਤੇ ਖਾਲੇ ਦੇ ਨਾਲ ਪਰਲੇ ਪਾਸੇ ਸਿੱਖ ਖੜੁੱਤੇ ਸੀਗੇ। ਜ਼ਿਆਦਾ ਤੋਂ ਜ਼ਿਆਦਾ ਫਾਸਲਾ 2.5-3-4-5 ਫੁੱਟ ਦਾ ਜਾਂ 10 ਫੁੱਟ ਦਾ ਸੀ। ਉਹਨਾਂ ਕੋਲ ਰਾਈਫਲਾਂ ਰੂਫਲਾਂ ਹੈ ਸੀ? ਨਹੀਂ, ਉਹਨਾਂ ਕੋਲ ਸਿਰਫ 12 ਬੋਰ ਦੀ ਬੰਦੂਕ ਸੀ ਜਾਂ ਬਰਛੀਆਂ ਸੀ। ਅਤੇ ਰਾਈਫਲ ਕਿਹਦੇ ਕੋਲ ਸੀ? ਰਾਈਫਲ ਮੁਸਲਮਾਨ ਕੋਲ ਸੀ, ਫੌਜੀ ਕੋਲ, ਜਿਹਦੇ ਕੋਲ ਯਾਨੀ ਬਾਰੂਦ ਖਤਮ ਹੋ ਗਿਆ ਸੀਗਾ, ਲੇਕਿਨ ਉਹ ਰਾਈਫਲ ਹੈ ਸੀ, ਰਾਈਫਲ ਸੀ, ਅਤੇ ਉਹਦੇ ਦਬਦੇ ਤੋਂ ਉਹਨੇ ਕੋਸ਼ਿਸ਼ ਕੀਤੀ ਵੀ ਕਾਫਲ ਜੇ ਨਾ ਅਗਾਂਹ ਨਿਕਲ ਜਾਏ ਮੈਂ ਫਾਇਰ ਨਾ ਕਰਾਂ। ਉਸੇ ਕਹੇ ਤੂੰ ਕਰ, ਇਹ ਕਹੇ ਤਾਂ ਪਹਿਲਾਂ ਤੂੰ ਕਰ। ਅਖੀਰ ਫਿਰ ਉਹਨੇ ਸਿੱਖ ਨੇ ਫਾਇਰ ਕੀਤਾ ਅਤੇ ਇਹ ਮੁਸਲਮਾਨ ਕੋਲ ਕੁਛ ਨਹੀਂ, ਅਤੇ ਫਿਰ ਉਹਨੇ ਹਮਲਾ ਕਰ ਦਿੱਤਾ ਸੈਂਟਰ 'ਤੇ, ਯਾਨੀ ਕਾਫਲੇ ਤਕਰੀਬਨ ਸੈਂਟਰ 'ਚ। ਅੱਛਾ ਜੀ। ਮੈਂ ਅਤੇ ਮੇਰੇ ਵਾਲਦ ਸਾਹਿਬ
ਵਾਲਦਾ ਇਹ ਅਸੀਂ ਵਾਲਦ ਸਾਹਿਬ ਨੇ ਕੋਸ਼ਿਸ਼ ਕੀਤੀ ਵੀ ਅਸੀਂ ਅੱਗੇ ਨਿਕਲ ਚਲੀਏ ਕਾਫਲੇ ਦੇ ਹਮਲੇ ਤੋਂ ਅੱਗੇ ਨਿਕਲ ਜਾਈਏ ਲੁੱਟ ਮਾਰ ਤੋਂ ਅਤੇ ਅਲਹਮਦੁਲਿਲਾ ਵਾਲਦਾ ਕੋਈ ਥੋੜ੍ਹੀ ਜਿਹੀ ਬਿਮਾਰ ਸੀ ਆਬਾ ਜੀ ਨੇ ਉਹਨੂੰ ਗਦੇੜਿਆਂ 'ਤੇ ਚੱਕ ਲਿਆ ਅੱਛਾ ਜੀ ਅਤੇ ਅਸੀਂ ਫਿਰ ਭੱਜ ਪਏ ਤਿੰਨ ਭਰਾ ਸੀ ਅਸੀਂ ਅਤੇ ਮਾਂ ਸੀ ਅਤੇ ਬਾਪ ਪੰਜ ਹੀ ਸੀ ਅਸੀਂ ਬਾਕੀ ਬਰਾਦਰੀ ਤੋਂ ਅਸੀਂ ਵਿਛੜ ਗਏ ਅਗਰ ਤਕਰੀਬਨ 2.5-3 ਕਿੱਲੇ ਚੱਲੇ ਆਏ ਅਤੇ ਉੱਥੇ ਫਿਰ ਤਿੰਨ ਸਿੱਖ ਜਿਹੜੇ ਸੀ ਉਹ ਆ ਗਏ ਉਹਨਾਂ ਕੋਲ ਤਲਵਾਰਾਂ ਸੀ ਅਤੇ ਫਾਸਲਾ ਸਾਡਾ ਸਹੀ 20-25 ਫੁੱਟ ਦਾ ਠੀਕ ਹੈ ਅਤੇ ਵਾਲਦ ਸਾਹਿਬ ਕਹਿੰਦੇ ਵੀ ਹੁਣ ਭੱਜਣ ਦੀ ਲੋੜ ਨਹੀਂ ਮੌਤ ਹੋ ਗਈ ਵਾਲਦ ਸਾਹਿਬ ਉਹਨਾਂ ਸਿੱਖਾਂ ਤੋਂ ਘੱਟ ਜਵਾਨ ਨਹੀਂ ਸੀ ਠੀਕ ਹੈ ਮਾਸ਼ਾਅੱਲਾ ਬਹੁਤ ਜਵਾਨ ਸੀਗੇ ਅਤੇ ਹਾਕੀ ਦੇ ਫੁੱਟਬਾਲ ਦੇ ਵਾਲੀਬਾਲ ਦੇ ਪਲੇਅਰ ਸੀ ਅਤੇ ਉਹ ਖੜੋ ਗਿਆ ਅਤੇ ਉਹਨਾਂ ਨੇ ਵੀ ਤਲਵਾਰ ਥੋੜ੍ਹੀ ਜਿਹੀ ਖਿੱਚ ਲਈ ਅੱਛਾ ਜੀ ਉਸ ਵਕਤ ਜ਼ੁਬਾਨ 'ਤੇ ਵਜ਼ੀਫ਼ ਸੀ ਯਾ ਹਈ ਯਾ ਕਯੂਮ ਬਿਰਹੰਤੇ ਕਰਨਾ ਸਗੀਸ ਵੀ ਯਾਨੀ ਬੇਸਾਖਤ ਹੈ ਮੇਰੀ ਜ਼ੁਬਾਨ ਤੋਂ ਸਾਡੀ ਜ਼ੁਬਾਨ ਤੋਂ ਨਿਕਲਦਾ ਰਿਹਾ ਯਾ ਹਈ ਯਾ ਕਯੂਮ ਬਿਰਹੰਤੇ ਕਰਨਾ ਸਗੀਸ ਅਤੇ ਉਹਨਾਂ ਨੇ ਫਿਰ ਕਿਹਾ ਵੀ ਇਹਨਾਂ ਤਿੰਨਾਂ ਕੋਲ ਕੀ ਹੈ ਵੀ ਤਿੰਨ ਬੱਚੇ ਅਤੇ ਦੋਵੇਂ ਲੁੱਟ ਮਾਰ ਤਾਂ ਪਿੱਛੇ ਹੈ ਅੱਲਾ ਨੇ ਐਸਾ ਰੋਹ ਪਾਇਆ ਜਾਂ ਤੁਹਾਡੀ ਹਿਫਾਜ਼ਤ ਕੀਤੀ ਵੀ ਉਹ ਸਿੱਖ ਪਿਛਾਂ ਚਲੇ ਗਏ ਅਤੇ ਅਸੀਂ ਸੜਕ ਛੱਡ ਕੇ ਅਤੇ ਖੱਬੇ ਪਾਸੇ ਵਾਹਣ ਹੋ ਗਏ